गुरु साहिब जी मन मुनसा सूरियां हक है जे होए मरे प्रवाणो दरगह सूए सेरी आखिया दरगह सूरे सही आखिया जे पावे साची मानो गुरु नानक पग पंकज बंदन पंकज बंदन सिमरज अंगद दुख निकंदन सिमरज अंगद दुख निकंदन अमरदास गुर हृदय नित ध्याम गुर हृदय नित ध्याम श्री गुरु रामदास गुण गावो श्री अर्जुन बिघ्न न के नासक बिघ्न न के नासक श्री हरगोबिंद शुभ मत प्रकाशक श्री हर राय नमो कर जोरी नमो कर जोरी गुरु हर कृष्ण जी मनाए बहोरी गुरु तेग बहादुर परमा कृपाला सतगुर परमा कृपाला श्री गुरु गोबिंद सिंह जी सदा विसाला त्रां त्रापर अनुपन सीसा पनपन सीसा बंदों जी बार बार जगदी ईशा जिसमें अमृत ज्ञान है मणक भगत वराग श्री गुरु ग्रंथ साहिब जी उदत बंदों कर अनुराग श्री गुरु शब्द कमाए जिन जीते पंच विकार दिन संतन को बंदना सिर चरणन पर तार पूरन देखियो आत्मा दवैत सर्ब निवार पय शांत मन संत जो तिन पग नमो हमार मुख उचरै शास्त्र खट पिंग गिरन चढ़ जाए अंध लख है बदरो सुने जो काल कृपा कराए मुख उचरै शास्त्र खट पिंग गिरन चढ़ जाए अंध लख है बदरो सुने जो काल कृपा कराए डंडौत बंदन अनक बार सर्व कला समर्थ डोलन ते राखो प्रभु नानक दे कर हाथ बहु शास्त्र बहु सिमृति पेखे सर्व डंडोल पूजस नाही हर हरे नानक नाम अमोल मोहे मरने का चाओ है कबीर मरो ता हर कै द्वार मत हर पूछे कौन है परा हमारे बार कबीरा जब हम आए जगत में जग हसै हम रोए ऐसी करनी कर चले जग हम हसै जग रोए कंकर सतगुरु ते प्रसाद सच होए वाहिगुरु जी की फतेह है
ਬਿਘਨ ਬਿਨਾਸਨ ਸੋਈ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਈ ਸਤਨਾਮ ਸ੍ਰੀ ਵਾਹਿਗੁਰੂ ਜੀ। ਚੌਪਾਈ ਔਰ ਕਹੀ ਇੱਕ ਬੰਦੇ ਬਾਤ, ਔਰ ਕਹੀ ਇੱਕ ਬੰਦੇ ਬਾਤ, ਔਰ ਕਹੀ ਇੱਕ ਬੰਦੇ ਬਾਤ। ਸਵਾ ਲੱਖ ਕਰਨੋ ਥੋ ਘਾਤ, ਔਰ ਕਹੀ ਇੱਕ ਬੰਦੇ ਬਾਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਹਿਬ ਸੰਗਤ ਪਤਿਤ ਪਾਵਨ ਦੀਨ ਦਿਆਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਤਿਤ ਪਾਵਨ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਤੇ ਆਪ ਨਿਤ ਲੜੀਵਾਰ ਗੁਰ ਇਤਿਹਾਸ ਬਿਰਤਾਂਤ ਸਰਵਨ ਕਰ ਰਹੇ ਹੋ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਲੜੀਵਾਰ ਇਤਿਹਾਸ ਚੱਲ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਮਾਲੋ ਸ਼ੇਖੋ ਵਾਰੇ ਖਾਂ ਅਦਰ ਰਹਿਮਾਨ ਅਬਦੁਲ ਰਹਿਮਾਨ ਇਹਨਾਂ ਨੂੰ ਮਿਲ ਰਹੇ ਆ। ਇਹਨਾਂ ਦੇ ਸ਼ੰਕੇ ਭਰਮ ਜਿਹੜੇ ਦੂਰ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰ ਰਹੇ ਆ। ਪਰੰਤੂ ਉਹ ਤਾਂ ਸ਼ੰਕੇ ਭਰਮ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੂਰ ਕਰ ਰਹੇ ਆ, ਪਰ ਜਦੋਂ ਇਤਿਹਾਸਕ ਦਿਨ ਆ ਜਾਂਦਾ ਨਾ ਕੋਈ, ਉਸ ਵੇਲੇ ਉਸ ਕਥਾ ਨੂੰ ਵਿਸਰਾਮਤ ਕਰਨਾ ਪੈਂਦਾ। ਟੂਕ ਮਾਤਰ ਇਤਿਹਾਸ ਦੇ ਪੰਨੇ ਪ੍ਰਥਾਏ ਕਹਿਣਾ ਪੈਂਦਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਨਿਰਮਲ ਪੰਥ ਚਲਾਇਆ, ਉਸ ਨਿਰਮਲ ਪੰਥ ਨੂੰ ਬਰਕਰਾਰ ਰੱਖਣ ਵਾਸਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਸਾਰਾ ਹੀ ਸਰਬੰਸ ਕੁਰਬਾਨ ਕਰ ਦਿੱਤਾ। ਕੋਈ ਸਰਬੰਸ ਕੁਰਬਾਨ ਕਰ ਸਕਦਾ? ਜੇ ਕਿਸੇ ਨੂੰ ਕਹੇ ਵੀ ਤੇਰੇ ਕੋਲ 5 ਕਿੱਲੇ ਜ਼ਮੀਨ ਹੈ ਤੇ ਤੂੰ 3 ਕਿੱਲੇ 2 ਕਿੱਲੇ ਆ ਦੁਖੀਆਂ ਦਲਿੱਦਰੀਆਂ ਦੇ ਨਾਂ ਲਿਖਵਾ ਦੇ, ਕੋਈ ਜੱਟ ਕੋਈ ਬੂਟ ਕੋਈ ਐਸਾ ਹੋ ਸਕਦਾ ਕੋਈ ਜਿਹੜਾ ਕਹੇ ਵੀ ਲਓ ਜੀ ਮੇਰੇ ਕੋਲ 5 ਕਿੱਲੇ ਆ, ਮੇਰੇ ਕੋਲ 15 ਕਿੱਲੇ ਆ, ਮੈਂ 10 ਕਿੱਲੇ ਲੰਗਰ ਵਾਸਤੇ ਲਿਖਾ ਦਿੰਦਾ। ਲੰਗਰ ਦੀ ਖੋਹ ਤਾਂ ਲਓ, ਜੇ ਲੰਗਰ ਨੂੰ 1500 ਕਿੱਲਾ ਲੱਗੀ ਹੋਈ ਆ ਕਹੂਗਾ ਲਓ 1000 ਕਿੱਲੇ ਤੇ ਕਬਜ਼ਾ ਕਰੋ, ਪੰਚਾਇਤ ਵੀ ਕਹੂਗੀ ਵੀ ਆ ਛੱਡ ਆ ਕੀ ਕਰਦੇ ਆ, ਕੋਈ ਸਕੂਲ ਬਣਾ ਕੇ ਕੋਈ ਕਾਲਜ ਬਣਾ ਕੇ ਆਪਾਂ ਇਹਨਾਂ ਦਾ ਖੋਹ ਆ 1500 ਕਿੱਲਾ ਲਈ ਬੈਠੇ ਆ। ਪਰ ਕੋਈ ਜੇ ਕਹੇ ਜਿਸੇ ਕੋਲ ਹੋਵੇ 10 ਕਿੱਲੇ ਤੇ ਕੋਈ ਕਹੇ ਵੀ ਤੂੰ 2 ਕਿੱਲੇ ਇੱਥੇ ਲਵਾ ਦੇ ਤਾਂ ਨਹੀਂ ਕੋਈ ਲਵਾ ਸਕਦਾ। 100 ਚੋਂ 1 ਅੱਧਾ ਕੋਈ ਐਸਾ ਹੋਊਗਾ ਵੀ ਜਿਹੜਾ ਕਹੇ, ਨਹੀਂ ਤਾਂ ਸਾਰਿਆਂ ਦੀ ਵਰਤੀ ਐਸੀ ਹੁੰਦੀ ਆ ਵੀ ਮੇਰੇ 2 ਕਿੱਲੇ ਨੇ, ਮੇਰੇ 4 ਹੋ ਜਾਣ, ਮੇਰੇ 8 ਹੋ ਜਾਣ, ਮੇਰੇ 10 ਹੋ ਜਾਣ, 10 ਹੋ ਗਏ ਫਿਰ ਮੇਰੇ 15 ਹੋ ਜਾਣ, ਜਦੋਂ 15 ਹੋ ਗਏ ਫਿਰ ਜੇ ਕੋਈ ਕਹੇ ਵੀ ਤੂੰ ਭਾਈ 2 ਕਿੱਲੇ ਧਰਮ ਅਰਥ ਲਵਾ ਦੇ ਤਾਂ ਉਹ ਕਹਿੰਦਾ ਨਹੀਂ ਮੈਂ ਨਹੀਂ ਲਵਾ ਸਕਦਾ, ਮੈਂ ਤਾਂ ਬੜੀ ਮੁਸ਼ਕਤ ਘਾਲਣਾ ਘਾਲ ਕੇ ਜਿਹੜੀ ਲਵਾਈ ਹੈ ਮੈਂ ਕਿਵੇਂ ਲਵਾ ਦਿਆਂ, ਤੇ ਲਵਾਉਣੀ ਸੌਖੀ ਵੀ ਨਹੀਂ ਹੈ ਸਤਸੰਗ ਜੀ, ਕਿਵੇਂ ਲਵਾ ਦੇਊਗਾ ਕੋਈ ਜਦੋਂ ਕਿਸੇ ਨੇ ਮੁਸ਼ਕਤ ਘਾਲੀ ਹੋਊ। ਇਸ ਤਰ੍ਹਾਂ ਹੀ ਸਮੇਂ ਦੇ ਅਨੁਸਾਰ ਜਿਹੜੀ ਸਾਰੀ ਧਰਤੀ ਤੇ ਨਾ ਜਿਹੜਾ ਮੁਗਲ ਲੋਕਾਂ ਨੇ ਜਦੋਂ ਰਾਜ ਕਰ ਲਿਆ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪਰਿਵਾਰ ਦੇ ਸਾਰੇ ਜੀਵ ਵੀ ਸ਼ਹੀਦ ਹੋ ਗਏ, ਛੋਟੇ ਵੱਡੇ ਸਾਹਿਬਜ਼ਾਦੇ, ਇੱਥੋਂ ਤੱਕ ਕਿ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੀਆਂ ਭੂਆ ਮਾਸੀਆਂ ਫੁੱਫੜਾਂ ਤੱਕ ਆ ਸਾਨੂੰ ਪੱਗਾਂ ਬਣਾਉਣ ਬਦਲੇ ਨਾ ਵੀ ਇਹਨਾਂ ਦੀਆਂ ਪੱਗਾਂ ਉੱਚੀਆਂ ਰਹਿਣ, ਤਾਂ ਦੇਖ ਲਓ ਕਿੰਨੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਰਿਵਾਰ ਦੇ। ਉਹਨੇ ਕਿਹਾ ਵੀ ਚੱਲ ਮੈਨੂੰ 100 ਕਿੱਲਾ ਆਉਂਦਾ, 90 ਕਿੱਲੇ ਇਹਨਾਂ ਨੂੰ ਦੇ ਦੇ, ਮੈਂ ਤਾਂ 10 ਕਿੱਲਿਆਂ ਨਾਲ ਹੀ ਸਾਰ ਲਊਂਗਾ, 10 ਬਣਾ ਰਹਿਣ ਮੇਰੇ, ਛੱਡ ਪਰੇ ਸਾਰੇ ਹੀ ਇਹਨਾਂ ਨੂੰ ਦੇ ਦੇ, ਇਹਨਾਂ ਦੇ ਨਾਂ ਕਰ ਦੇ।
ਤਾਂ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨਾ ਸਾਰੇ 100 ਦੇ 100 ਕਿੱਲੇ ਜਿਹੜੇ ਸਨ ਉਹ ਆਪਣੇ ਨਾਂ ਕੀਤੇ ਆ, ਆਪਣੇ ਉੱਪਰ ਨਿਸ਼ਾਵਰ ਕੀਤੇ ਆ। ਜੇ ਹੁਣ ਸੱਚੇ ਪਾਤਸ਼ਾਹ ਨੇ ਤਾਂ ਆਪਣੇ ਉੱਪਰ 100 ਕਿੱਲਾ ਨਿਸ਼ਾਵਰ ਕਰਤਾ, ਪੁੱਤ ਵੀ ਨਿਸ਼ਾਵਰ ਕਰਤੇ, ਪਰਿਵਾਰ ਵੀ ਨਿਸ਼ਾਵਰ ਕਰਤਾ, ਤੇ ਆਪਣੇ ਕੋਲ 5 ਕਿੱਲੇ ਹੋਣ ਤੇ ਆਪਾਂ ਕਹੀਏ ਆਪਾਂ 1000 ਰੁਪਈਆ ਵੀ ਨਹੀਂ ਦੇ ਸਕਦੇ, ਆਪਾਂ 5000 ਰੁਪਈਆ ਵੀ ਨਹੀਂ ਦੇ ਸਕਦੇ, ਤਾਂ ਫਿਰ ਦੱਸੋ ਹੁਣ ਆਪਾਂ ਕਿੱਡੇ ਕੁ ਵੱਡੇ ਸਿੱਖ ਹਾਂ, ਕਿੱਡੇ ਕੁ ਵੱਡੇ ਆਪਾਂ ਸਿੱਖ ਹਾਂ। ਸੱਚੇ ਪਾਤਸ਼ਾਹ ਨੇ ਤਾਂ ਸਾਰਾ ਕੁਝ ਕੁਰਬਾਨ ਕਰ ਦਿੱਤਾ ਤੇ ਆਪਾਂ ਨੂੰ ਲੈ ਕਰਕੇ ਦੇ ਦਿੱਤੇ ਵੀ ਲਓ 90 ਕਿੱਲੇ ਇਹਨਾਂ ਨੂੰ ਦਓ। ਮੈਂ ਤਾਂ 10-40 ਸਾਲ ਨੂੰ 10 ਵਨਾ ਰਹਿਣ, ਮੇਰੇ ਤਾਂ ਪਰਿਵਾਰ ਕੁਰਬਾਨ ਹੋ ਗਿਆ ਸਾਹਿਬਜ਼ਾਦੇ, ਫਿਰ ਵੀ ਸਰਜੂ। ਪਰ ਆਪਾਂ ਹੁਣ ਕਿਹੜੀ ਮੋਹ ਮਮਤਾ ਲੋਭ ਲਾਲਚ ਜਿਹੜਾ ਧਾਰ ਕੇ ਬਹਿ ਗਏ, ਕਹਿੰਦੇ ਸੱਚੇ ਪਾਤਸ਼ਾਹ ਵਾਸਤੇ ਅਸੀਂ ਕਨਾਲ ਵੀ ਛੱਡਣ ਨੂੰ ਤਿਆਰ ਨਹੀਂ, ਗ੍ਰਾਮ ਵੀ ਛੱਡਣ ਨੂੰ ਤਿਆਰ ਨਹੀਂ, ਕਰਮ ਵੀ ਛੱਡਣ ਨੂੰ ਤਿਆਰ ਨਹੀਂ। ਆ ਲੋਕਾਂ ਨੇ ਗੁਰਦੁਆਰਿਆਂ ਦੇ ਥਾਵਾਂ ਤੇ ਕਬਜ਼ੇ ਕੀਤੇ ਹੋਏ ਆ, ਥਾਂ ਪਰ ਥਾਂ ਗੁਰਦੁਆਰਿਆਂ ਦੀਆਂ ਸੰਪਤੀਆਂ ਤੇ ਆ ਸਰਕਾਰ ਨੇ ਦੇਖ ਲਓ ਕਿਤੇ ਜਾ ਕੇ ਆ ਨਾਨਕ ਝੀਰੇ, ਆ ਦੇਖ ਲਓ ਹਰਿਦੁਆਰ, ਆ ਦੇਖ ਲਓ ਜਾ ਕਰਕੇ ਬਿੰਦਰਾਵਨ, ਆ ਦੇਖ ਲਓ ਜਾ ਕਰਕੇ ਰਿਸ਼ੀਕੇਸ਼, ਜਿੱਥੇ ਕਿੱਥੇ ਦੇਖੋ ਆ ਗੁਰੂ ਸਾਹਿਬ ਜੀ ਦੇ ਅਸਥਾਨਾਂ ਦੇ ਉੱਪਰ ਸਰਕਾਰ ਨੇ ਕਬਜ਼ੇ ਕੀਤੇ ਹੋਏ ਆ। ਜੇ ਕੋਈ ਜਾ ਕੇ ਸਿੱਖ ਕਹਿੰਦਾ ਵੀ ਛੱਡ ਦਿਓ, ਕਹਿੰਦੇ ਅਸੀਂ ਕਿਵੇਂ ਛੱਡ ਦਈਏ। ਆ ਦੇਖੋ ਹੁਣ ਜਿਹਨੇ ਕੁਰਬਾਨੀਆਂ ਦਿੱਤੀਆਂ, ਜਿਹਨੇ ਸ਼ਹਾਦਤਾਂ ਦਿੱਤੀਆਂ, ਜਿਹਨੇ ਸਾਰਾ ਸਰਬੰਸ ਵਾਰ ਦਿੱਤਾ, ਉਹਦੀ ਥਾਂ ਛੱਡਣ ਨੂੰ ਤਿਆਰ ਨਹੀਂ ਅੱਜ ਦੀਆਂ ਸਰਕਾਰਾਂ। ਤੇ ਆਪਣੇ ਕੋਲ 2 ਕਿੱਲੇ ਹੋਣ ਤੇ ਆਪਾਂ ਕਿੱਥੋਂ ਕਹੀਏ, ਸਿਆਲ ਕੋਈ ਕਹੇ ਕਿਆਰੀ ਛੱਡ ਦੇ, ਬਾਬਾ ਕਿਹੜਾ ਛੱਡ ਦੂਗਾ, ਕਿਹੜਾ ਕਹਿ ਦੂਗਾ ਵੀ ਲੈ ਤੂੰ ਕਿਆਰੀ ਦੇ ਵਿੱਚ ਇੱਥੇ ਮੈਂ ਤਾਂ ਛੋਲੇ ਬੀਜਣੇ ਸੀ, ਤੂੰ ਮੇਥੀ ਬੀਜ ਲਾ, ਕਿਹੜਾ ਕਹਿ ਦੂਗਾ। ਸਾਰੇ ਕਹਿਣਗੇ ਵੀ ਤੂੰ ਆਪਦੀ ਛੱਡ ਦੇ, ਤੂੰ ਨਿਕਲ ਕੇ ਚੱਲਦਾ ਬਣ ਇੱਥੋਂ, ਅਸੀਂ ਬੀਜਾਂਗੇ, ਅਸੀਂ ਕਰਾਂਗੇ, ਸਾਨੂੰ ਤੂੰ ਛੱਡ ਦੇ, ਇਸ ਤਰ੍ਹਾਂ ਕਹਿੰਦੇ ਹਨ। ਤਾਂ ਇਸ ਤਰ੍ਹਾਂ ਸਾਧ ਸੰਗਤ ਜੀ ਬੰਦੇ ਬਹਾਦਰ ਦਾ ਦੌਰ ਵੀ ਆਇਆ ਕਿਸੇ ਵੇਲੇ, ਅੱਜ ਉਹਦਾ ਸ਼ਹੀਦੀ ਦਿਹਾੜਾ ਹੈ, ਸ਼ਹੀਦੀ ਦਿਹਾੜਾ। ਉਹਦੇ ਵਿੱਚ ਥੋੜ੍ਹਾ ਜਿਹਾ ਆਪਾਂ ਟੂਕ ਮਾਤਰ ਪ੍ਰਸੰਗ ਲੈਣਾ ਹੈ, ਕਿਉਂਕਿ ਇਤਿਹਾਸ ਤਾਂ ਉਹਦਾ ਜੀਵਨੀ ਤਾਂ ਸਾਰੀ ਆਪਾਂ ਜਦੋਂ ਲੜੀਵਾਰ ਆਊਗੀ, ਸਮੇਂ ਅਨੁਸਾਰ ਆਊਗੀ, ਉਦੋਂ ਆਪਾਂ ਸਰਵਣ ਕਰਾਂਗੇ। ਜਦੋਂ 10ਵੇਂ ਪਾਤਸ਼ਾਹ ਤੋਂ ਬਾਅਦ ਦਾ ਇਤਿਹਾਸ ਆਊਗਾ ਨਾ, ਦੇਖੋ ਇੱਕ ਪ੍ਰਪੱਕ ਸਾਧ ਪਹਿਲਾਂ ਤਾਂ ਰਾਜਪੂਤ, ਇੱਕ ਪ੍ਰਪੱਕ ਜਿਹਨੇ ਤੀਰ ਚਲਾਉਣੇ ਸਿੱਖੇ, ਇੱਕ ਹਰਨੀ ਦੇ ਮਾਰਿਆ, ਲੈ ਉਹਦੇ ਪੇਟ ਦੇ ਵਿੱਚ 2 ਬੱਚੇ ਗਰਭਪਾਤ ਹੋ ਗਏ, ਮਾਰੇ ਗਏ ਤੇ ਛੱਡਤਾ ਤੀਰ ਕਮਾਣ, ਕਹਿੰਦਾ ਹੁਣ ਨੀ ਮੈਂ ਮਾਰਨਾ। ਲਕਸ਼ਮਣ ਦੇਵ ਵਿਰਾਗੀ, ਵਿਰਾਗੀ ਧਰਮ ਨੂੰ ਧਾਰਨ ਕੀਤਾ ਸੀ। ਜਦੋਂ ਵਿਰਾਗੀ ਸੀ ਤਾਂ ਫਿਰ ਤੀਰ ਚੱਕਣ ਦੀ ਕੀ ਲੋੜ ਸੀ, ਪਰ ਤੀਰ ਚੱਕਿਆ ਕਿਉਂਕਿ ਰਾਜਪੂਤ ਸੀਗਾ। ਫਿਰ ਇੱਕ ਪ੍ਰਪੱਕ ਸਾਧ ਸਾਧਤਾਈ ਦੇ ਵਿੱਚ ਪੈ ਗਿਆ, ਕਹਿੰਦਾ ਅੱਜ ਤੋਂ ਬਾਅਦ ਸ਼ਸਤਰ ਨਹੀਂ ਚੱਕਣੇ, ਪਰਨ ਕਰ ਲਿਆ, ਕਹਿੰਦਾ ਅੱਜ ਤੋਂ ਬਾਅਦ ਮੈਂ ਹਥਿਆਰ ਨਹੀਂ ਚੱਕਣੇ, ਸ਼ਸਤਰ ਨਹੀਂ ਚੱਕਣੇ। ਕਿਤੇ ਕਿਤੇ ਜਾ ਕਰਕੇ ਸੇਵਾ ਕੀਤੀ, ਕਿਤੇ ਨਾਸਕ ਦੇ ਵਿੱਚ ਜਾ ਕਰਕੇ ਲੂਣੀਏ ਸਾਧ ਦਾ ਚੇਲਾ ਹੋ ਕੇ ਡਾਲੀਆਂ ਲਿਆਉਂਦਾ ਰਿਹਾ ਉਹਦੀਆਂ। ਪਰ ਫਿਰ ਇੱਕ ਦਿਨ ਆਇਆ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉਹਨੂੰ ਮਿਲੇ। ਉਹ ਗੁਰਬਾਣੀ ਦੇ ਵਿੱਚ ਤੋਕਾ ਹੀ ਨਾ ਤੁਹਾਨੂੰ ਯਾਦ ਹੋਊਗੀ, ਆਵਨ 78 ਜਾਨ 97 ਹੋਰ ਪੀ ਉੱਠ ਸੀ ਮਰਦ ਕਾ ਚੇਲਾ, ਵੀ ਫਿਰ ਮਰਦ ਦਾ ਚੇਲਾ ਉੱਠੂਗਾ। ਫਿਰ ਮਰਦ ਦਾ ਚੇਲਾ ਕਿਹੜਾ ਸੀ, ਉਹ ਬਥੇਰੇ ਬਣੇ ਫਿਰਦੇ ਸੀ ਇੱਥੇ ਤਾਂ, ਕੋਈ ਕਹਿੰਦਾ ਸੀ ਮੈਂ ਦੁੱਧ ਪਿਆਤਾ, ਕੋਈ ਕਹਿੰਦਾ ਸੀ ਮੈਂ ਲੱਸੀ ਪਿਆਤੀ, ਪਰ ਮਰਦ ਦਾ ਚੇਲਾ ਇੱਕ ਹੀ ਬਣਿਆ। ਬਾਅਦ ਦੇ ਵਿੱਚ ਆ ਕੇ ਸਮੇਂ ਦੇ ਅਨੁਸਾਰ ਜਿਹੜਾ ਲਕਸ਼ਮਣ ਦੇ ਵਿਰਾਗੀ ਤੋਂ ਫਿਰ ਉਹਦਾ ਨਾਂ ਬੰਦਾ ਸਿੰਘ ਬਹਾਦਰ ਗੁਰਬਖਸ਼ ਸਿੰਘ, ਗੁਰਬਖਸ਼ ਸਿੰਘ ਮਹਾਰਾਜ ਜੀ ਨੇ ਉਹਦਾ ਨਾਂ ਰੱਖਿਆ, ਜਿਹਨੂੰ ਲੋਹੇ ਦਾ ਸੁਹਾਗਾ ਵੀ ਕਿਹਾ ਜਾਂਦਾ ਹੈ, ਕਿਉਂਕਿ ਦੰਭੀਆਂ ਪਖੰਡੀਆਂ ਜ਼ੁਲਮ ਕਰਨ ਵਾਲਿਆਂ
ਤੇ ਕੀ ਆ ਸਰਹੰਦ ਤੇ ਕੀ ਜਿਹੜਾ ਸੰਢੌਰਾ ਤੇ ਕੀ ਮੁਸਤਫਾਬਾਦ ਤੇ ਕੀ ਕਪੂਰੀ ਤੇ ਕੀ ਸਾਹ ਸੰਗਤ ਜੀ ਇਲਾਹਾਬਾਦ ਇਲਾਹਾਬਾਦ ਦੇ ਹਾਕਮ ਬਹੁਤ ਤਕੜੇ ਸਨ। ਇਹਨਾਂ ਸਾਰਿਆਂ ਨੂੰ ਫਿਰ ਉਸ ਲੋਹੇ ਦੇ ਸੁਹਾਗੇ ਨੇ ਜਿੱਥੇ ਤਿੰਨੇ ਦੇਵੀਆਂ ਆ ਕੇ ਜਿਹੜੀਆਂ ਗੰਗਾ ਮਿਲਦੀਆਂ ਸੀ ਨਾ ਗੰਗਾ ਜਮਨਾ ਸਰਸਵਤੀ ਇਲਾਹਾਬਾਦ ਪ੍ਰਯਾਗ ਤੇ ਉੱਥੇ ਦੇ ਹਾਕਮ ਬੜੇ ਤਕੜੇ ਸੀਗੇ ਯੂਪੀ ਵਾਲੇ। ਇਹਨਾਂ ਸਾਰਿਆਂ ਨੂੰ ਫਿਰ ਦਰੜ ਫਰੜ ਕੇ ਕਿਉਂਕਿ ਯੂਪੀ ਵਾਲਿਆਂ ਨੇ ਵੀ ਤਿੰਨ ਵਾਰੀ ਪੰਜਾਬ ਨੂੰ ਲੁੱਟਿਆ ਆ ਇਤਿਹਾਸ ਦੱਸਦਾ ਨਾ ਸਾਨੂੰ ਪਤਾ ਨਹੀਂ ਲੱਗਦਾ ਅਸੀਂ ਭੁੱਲ ਜਾਂਦੇ ਹਾਂ ਅਸੀਂ ਤਵਾ ਰੇਖੀ ਗੱਲਾਂ ਭੁੱਲ ਜਾਂਦੇ ਹਾਂ ਸਾਨੂੰ ਪਤਾ ਨਹੀਂ ਲੱਗਦਾ ਵੀ ਕਿਹੜਿਆਂ ਨੇ ਸਾਨੂੰ ਮਾਰਿਆ ਕਿਹੜਿਆਂ ਨੇ ਸਾਨੂੰ ਤਾਰਿਆ ਕਿਹੜੇ ਦੋਗਲੇ ਸਨ ਕਿਹੜੇ ਡੋਗਰੇ ਸਨ ਤੇ ਕਿਹੜੇ ਉੱਦਾਂ ਹੀ ਸਿੱਖੀ ਰੂਪ ਸਰੂਪ ਨੂੰ ਧਾਰਿਆ ਹੋਇਆ ਸੀ ਜਿਨ੍ਹਾਂ ਦੇ ਅੰਦਰੋਂ ਸਿੱਖੀ ਨਾਲ ਪ੍ਰੇਮ ਕੋਈ ਨਹੀਂ ਸੀ ਉਹ ਸਿੱਖੀ ਨੂੰ ਡੋਬਣ ਵਾਸਤੇ ਲੁੱਟਣ ਵਾਸਤੇ ਰੋਟੀਆਂ ਖਾਣ ਵਾਸਤੇ ਜਿਹੜੇ ਸਿੱਖੀ ਦੇ ਵਿੱਚ ਵੜੇ ਹੋਏ ਸਨ ਆ ਇਤਿਹਾਸ ਪੜ੍ਹ ਕੇ ਦੇਖੋ ਇਲਾਹਾਬਾਦੀਏ ਰਿਸ਼ੀਕੇਸੀਏ ਤੇ ਆ ਮੇਟਾਲੇ ਤੇ ਅੰਬਾਲੇ ਵਾਲੇ ਤੇ ਜਗਾਦਰੀ ਵਾਲੇ ਤੇ ਇਹ ਸਾਰੇ ਜਿਹੜੇ ਸਮੇਂ ਦੇ ਅਨੁਸਾਰ ਸਿੱਖਾਂ ਦੇ ਦੁਸ਼ਮਣ ਬਣੇ ਸਿੱਖਾਂ ਦੇ ਦੁਸ਼ਮਣ ਬਣੇ ਪੰਜਾਬ ਨੂੰ ਲੁੱਟਣ ਵਾਸਤੇ ਆਏ ਬੰਦੇ ਬਹਾਦਰ ਨੂੰ ਦਿੱਲੀ ਦੀ ਸੈਂਟਰ ਸਰਕਾਰ ਦੇ ਕਹੇ ਇਲਾਕੇ ਨਾਲ ਭਰਤੀ ਹੋ ਕੇ ਮਾਰਨ ਵਾਸਤੇ ਆਏ ਪਰ ਫਿਰ ਵੀ ਇਹਨਾਂ ਨੂੰ ਜਿਹੜੇ ਲੋਹੇ ਦੇ ਚਣੇ ਪੰਜਾਬੀਆਂ ਨੇ ਸਿੱਖਾਂ ਨੇ ਪੰਜਾਬ ਦੇ ਵਾਸੀਆਂ ਨੇ ਜਿਹੜਾ ਚਬਾਉਣੇ ਕੀਤੇ ਲੋਹੇ ਦੇ ਚਣੇ ਜਿਹੜੇ ਚਬਾਉਣੇ ਕੀਤੇ ਵੀ ਮੋੜ ਦਿੱਤੇ ਮੂੰਹ ਉਹਨਾਂ ਦੇ ਉਲਟੀ ਗੰਗਾ ਵਹਾ ਦਿੱਤੀ। ਜਦੋਂ ਨਾ ਸਾਧ ਸੰਗਤ ਜੀ 1710 ਦੇ ਵਿੱਚ ਬਹਾਦਰ ਸ਼ਾਹ ਨੇ ਇੱਕ ਹੁਕਮਨਾਮਾ ਜਾਰੀ ਕੀਤਾ ਕਿਉਂਕਿ 1704 ਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਸੀ 1704 ਚ ਤਾਂ ਚਾਰ ਤੋਂ ਬਾਅਦ 6 ਸਾਲ ਜਦੋਂ ਬਤੀਤ ਹੋਏ ਤਾਂ ਸਾਧ ਸੰਗਤ ਜੀ ਬਹਾਦਰ ਸ਼ਾਹ ਦਿੱਲੀ ਦੇ ਤਖ਼ਤ ਤੇ ਬੈਠਣ ਵਾਲੇ ਚੀਫ ਮਿਨਿਸਟਰ ਨੂੰ ਇੰਨਾ ਭੈ ਆਉਣ ਲੱਗ ਗਿਆ ਸੀ ਸਿੱਖਾਂ ਤੋਂ ਕਿ ਉਹਨੇ ਜ਼ਬਰਦਸਤ ਹੁਕਮ ਜਾਰੀ ਕਰਤਾ ਕਿ ਜਿਹੜੇ ਹਿੰਦੂਆਂ ਨੇ ਸਰਕਾਰੀ ਮਹਿਕਮਿਆਂ ਦੇ ਵਿੱਚ ਦਾੜੀਆਂ ਰੱਖੀਆਂ ਹੋਈਆਂ ਨੇ ਉਹ ਦਾੜੀਆਂ ਕਟਾ ਦਿਓ। ਉਹਨੂੰ ਡਰ ਪੈਦਾ ਹੋ ਗਿਆ ਬਈ ਕਿਤੇ ਸਿੱਖ ਹੀ ਨਾ ਦਾੜੀਆਂ ਰੱਖ ਕੇ ਹਿੰਦੂਆਂ ਦੇ ਰੂਪ ਦੇ ਵਿੱਚ ਕਿਤੇ ਮੇਰੇ ਤੇ ਹਮਲਾ ਕਰ ਦੇਣ ਕੋਈ ਮੈਨੂੰ ਮਾਰ ਦੇਵੇ। ਉਹਨੇ ਹੁਕਮ ਜਾਰੀ ਉੱਥੋਂ ਤੋਂ ਇਹਨਾਂ ਨੇ ਦਾੜੀਆਂ ਕਟਾਉਣੀਆਂ ਸ਼ੁਰੂ ਕੀਤੀਆਂ ਮੁੱਛਾਂ ਕਟਾਉਣੀਆਂ ਸ਼ੁਰੂ ਕੀਤੀਆਂ ਸਿਰ ਦੇ ਕੇਸ ਕਤਲ ਕਰਾਉਣੇ ਸ਼ੁਰੂ ਕੀਤੇ। ਉਹਨੇ ਹੁਕਮ ਜਾਰੀ ਕਰਤਾ ਕਿ ਕੋਈ ਜਿਹੜਾ ਹਿੰਦੂ ਹੈ ਕਿਸੇ ਸਰਕਾਰੀ ਨੌਕਰੀ ਤੇ ਮੁੱਛਾਂ ਕਟਾ ਦੇਵੇ ਭਾਵ ਕਿ ਉਹ ਸਿੱਖਾਂ ਵਾਲਾ ਰੂਪ ਧਾਰਨ ਨਾ ਰੱਖੇ ਕਿਉਂਕਿ ਸਿੱਖਾਂ ਵਾਲੇ ਰੂਪ ਦੇ ਵਿੱਚ ਸਾਨੂੰ ਪਤਾ ਨਹੀਂ ਰਹਿਣਾ ਵੀ ਅਸੀਂ ਹਿੰਦੂ ਨੂੰ ਮਾਰਦੇ ਹਾਂ ਕਿ ਸਿੱਖ ਨੂੰ ਮਾਰਦੇ ਹਾਂ। ਹੁਕਮ ਜਾਰੀ ਕਰ ਦਿੱਤਾ ਇਸ ਹੁਕਮ ਦੀ ਤਾਮੀਲ ਹੋਈ ਜਿਹੜੇ ਸਾਰੇ ਹਿੰਦੂ ਸਨ ਉਹਨਾਂ ਨੇ 1710 ਦੇ ਵਿੱਚ ਆ 300 ਸਾਲ ਹੀ ਹੋਏ ਆ 320 ਸਾਲ ਹੋਏ ਆ 320 ਸਾਲ ਕੋਈ ਜ਼ਿਆਦਾ ਲੰਮਾ ਵੱਡਾ ਸਮਾਂ ਤਾਂ ਨਹੀਂ ਹੋਇਆ ਜਿਹੜੇ ਸਾਰੇ ਹਿੰਦੂ ਸਨ ਪੰਜਾਬ ਦੇ ਉਹਨਾਂ ਨੇ ਸਰਕਾਰੀ ਮਹਿਕਮਿਆਂ ਦੀਆਂ ਨੌਕਰੀਆਂ ਤੇ ਦਾੜੀਆਂ ਕਟਾਤੀਆਂ ਮੁੱਛਾਂ ਕਟਾਤੀਆਂ ਕੇਸ ਕਟਾਤੇ ਕਹਿੰਦੇ ਵੀ ਕਿਤੇ ਘੁਣ ਦੇ ਨਾਲ ਆ ਦੂਜੇ ਬਿਨਾਂ ਪਿੱਸੇ ਜਾਣ ਕਿਤੇ ਲੱਕੜੀ ਬਿਨਾਂ ਪਿੱਸੀ ਜਾਵੇ ਦਾੜੀਆਂ ਮੂੰਹ ਸਿਰ ਮਨਾ ਦਿੱਤੇ ਵੀ ਸਿੱਖਾਂ ਦੀ ਕਿਉਂਕਿ ਬਹਾਦਰ ਸ਼ਾਹ ਨੂੰ ਪਤਾ ਸੀ 1710 ਸਨ ਦੇ ਵਿੱਚ ਕਿ ਸਿੱਖ ਨੇ ਨਾ ਜਿਹੜੇ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਦੇਵ ਜੀ ਦੇ ਉਹਨਾਂ ਨੂੰ ਪੋਟਾ ਪੋਟਾ ਕੱਟ ਕੇ ਸਾਹਮਣੇ ਮੌਤ ਤਾਂ ਦੇ ਦਿਓ ਪਰ ਉਹ ਦਾੜੀ ਮੁੱਛ ਸਿਰ ਸਿੱਖ ਜੂੜਾ ਆਪਦਾ ਨਹੀਂ ਮਨਾਉਂਦੇ ਕਿਉਂਕਿ ਰਹਿਤ ਦੇ ਵਿੱਚ ਪਰਪੱਕਤਾ ਗੀਤ ਹੈ ਵੀ ਕਿਸੇ ਪ੍ਰਕਾਰ ਦੇ ਵੀ ਪੈਰ ਦੀ ਚੋਟੀ ਤੋਂ ਲੈ ਕੇ ਸਿਰ ਦੇ ਅੰਗੂਠੇ ਤੱਕ ਕੇਸਾਂ ਦਾ ਬੇਅਦਬੀ ਨਹੀਂ ਕਰਨੀ ਕੇਸਾਂ ਨੂੰ ਵਾਲ ਵੀ ਨਹੀਂ ਕਹਿਣਾ ਮਰਯਾਦਾ ਪੜ੍ਹ ਕੇ ਦੇਖੋ ਉਹਦੇ ਵਿੱਚ ਲਿਖਿਆ ਕੇਸਾਂ ਨੂੰ ਵਾਲ ਕਹੇ ਅੱਧਾ ਤਨਖਾਹੀਆ ਜੇ ਕੇਸਾਂ ਨੂੰ ਵਾਲ ਕਹਿਤਾ ਨਾ ਦੱਸਣ ਵਾਸਤੇ ਤਾਂ ਕਹਿਣਾ ਪੈਂਦਾ ਸਾਨੂੰ ਵੀ ਜਾ ਕੇ 100 ਵਾਰੀ ਮਾਫ਼ੀ ਮੰਗਣੀ ਪੈਂਦੀ ਹੈ ਵੀ ਵਾਲ ਕਹਿਤਾ ਕੇਸਾਂ ਨੂੰ ਵਾਲ ਕਹੇ ਅੱਧਾ ਤਨਖਾਹੀਆ 125 ਰੁਪਏ ਦੀ ਦੇਖ ਕਰਾ ਕੇ ਫਿਰ ਅਰਦਾਸ ਕਰਾਵੇ ਫਿਰ ਪ੍ਰਵਾਨ ਹੁੰਦਾ ਜੇ ਕੇਸਾਂ ਨੂੰ ਵਾਲ ਕਹਿਤਾ ਅੱਧਾ ਤਨਖਾਹੀਆ ਕੇਸ ਕਹਿਣਾ
ਜਿਹੜੇ ਸਰੀਰ ਤੇ ਨੇ ਸਾਰੇ ਉਹਨਾਂ ਨੂੰ ਰੋਮ ਕਹਿਣਾ, ਉਹਨਾਂ ਨੂੰ ਵੀ ਵਾਲ ਤਾਂ ਭੇਡਾਂ ਬੱਕਰੀਆਂ ਦੇ ਹੁੰਦੇ ਆ, ਕੱਟਿਆਂ ਬੱਚਿਆਂ ਦੇ ਹੁੰਦੇ ਆ, ਉਹਨਾਂ ਨੂੰ ਮੰਨਿਆ ਜਾਂਦਾ, ਕੱਟਿਆਂ ਬੱਚਿਆਂ ਭੇਡਾਂ ਬੱਕਰੀਆਂ ਨੂੰ ਮੰਨਿਆ ਜਾਂਦਾ, ਵਾਲ ਤਾਂ ਉਹਨਾਂ ਦੇ ਹੁੰਦੇ ਆ, ਪਰ ਸਿੱਖ ਦੇ ਵਾਲ ਨਹੀਂ ਹੁੰਦੇ। ਇਹ ਕੋਈ ਕੱਟਾ ਵੱਛਾ ਭੇਡ ਬੱਕਰੀ ਨਹੀਂ ਹੈ। ਇਸ ਕਰਕੇ ਸੋਚ ਨੂੰ ਆਪਦੇ ਚਿਹਨ ਦੇ ਵਿੱਚ ਰੱਖਣਾ ਵੀ ਉਹ ਕੱਟਾ ਵੱਛਾ ਭੇਡ ਬੱਕਰੀ ਨਹੀਂ ਹੈ, ਵੀ ਇਹਦੇ ਵਾਲ ਹਨ ਜਿਹੜੇ ਮੁੰਨੇ ਜਾਂਦੇ ਹੋਣ, ਜਿਹੜੇ ਮੁੰਨ ਦਈਏ। ਇਸ ਕਰਕੇ ਇਹਨਾਂ ਨੂੰ ਕੇਸ ਕਹਿਣਾ, ਰੋਮ ਕਹਿਣਾ। ਬੰਦੇ ਬਹਾਦਰ ਨੇ 1710 ਦੇ ਵਿੱਚ ਇੱਕ ਖਾਸ ਹੁਕਮਨਾਮਾ ਸਾਹ ਸੰਗਤ ਜੀ ਜਾਰੀ ਕੀਤਾ, ਜੌਨਪੁਰ ਦੀ ਅਤੇ ਪੰਜਾਬ ਦੀ ਸੰਗਤ ਦੇ ਮਾਰਫਤ। ਉਹਦੇ ਵਿੱਚ ਉਹਨੇ ਲਿਖਿਆ, ਮੈਂ ਸਾਰਾ ਤਾਂ ਤੁਹਾਨੂੰ ਸਬਜੈਕਟ ਨਹੀਂ ਦੱਸ ਸਕਦਾ ਕਿਉਂਕਿ ਵਿਸਥਾਰ ਬਹੁਤ ਜ਼ਿਆਦਾ ਹੈ, ਸਾਰਾ ਤਾਂ ਸ਼ੋਰਟ ਆਪਾਂ ਜਿਹੜੇ ਜੀਵਨ 'ਤੇ ਵਰਤਾਂਤ 'ਤੇ ਜਿਹੜੀ ਘਟਨਾ 'ਤੇ ਆਧਾਰਿਤ ਗੱਲ ਕਰਨੀ ਹੈ, ਸਾਰਾ ਨਹੀਂ, ਕਿਉਂਕਿ ਸਾਰੇ ਵਾਸਤੇ ਤਾਂ ਆਪਾਂ ਨੂੰ ਘੱਟੋ ਘੱਟ 3 ਮਹੀਨੇ ਚਾਹੀਦੇ ਆ, 90 ਦਿਨ, ਘੱਟੋ ਘੱਟ 90 ਘੰਟੇ ਚਾਹੀਦੇ ਆ। ਬੰਦੇ ਬਹਾਦਰ ਦੇ ਜੀਵਨ 'ਤੇ ਗੱਲ ਕਰਨ ਵਾਸਤੇ ਘੱਟੋ ਘੱਟ 90 ਘੰਟੇ ਚਾਹੀਦੇ ਆ, ਘੱਟੋ ਘੱਟ, ਫਿਰ ਆਪਾਂ ਉਹਦੇ ਜੀਵਨ 'ਤੇ ਗੱਲ ਕਰ ਸਕਾਂਗੇ। ਪਰ ਉੱਦਾਂ ਹੀ ਆਪਾਂ ਸ਼ੋਰਟ ਵਿੱਚੋਂ ਵਿੱਚੋਂ ਝੱਕੀਆਂ। ਬੰਦੇ ਬਹਾਦਰ ਨੇ ਹੁਕਮਨਾਮਾ ਜਾਰੀ ਕੀਤਾ ਜੌਨਪੁਰ ਅਤੇ ਪੰਜਾਬ ਦੀ ਸੰਗਤ ਦੇ ਨਾਂ 'ਤੇ ਕਿ ਭਾਈ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਭੇਜਣਾ ਕੀਤਾ, ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਦਾਸ ਹਾਂ, ਕੋਈ ਵੀ ਭੰਗ ਸ਼ਰਾਬ ਪੋਸਤ ਅਤੇ ਕਿਸੇ ਨਸ਼ੇ ਦੇ ਰਹਿਤ ਹੋ ਕਰਕੇ ਸ਼ਸਤਰ ਲੈ ਕਰਕੇ ਮੇਰੇ ਪਾਸ ਆਵੇ। ਆ ਨਸ਼ੇ ਪ੍ਰਥਾ ਇਹ ਲਿਖਣਾ ਦੇਖ ਲਓ, ਕਹਿੰਦੇ ਚੁਰਟ ਕਰੇ ਬਰਬਾਦ ਭੰਗ ਦਹੇ ਤਨ ਏਕ, ਮਦਰਾ ਦਹਿਤਾ ਸਪਤ ਕੁਲ ਨਿੰਦਾ ਦਹੇ ਅਨੇਕ। ਕਹਿੰਦੇ ਜਿਹੜਾ ਚੁਰਟ ਹੱਥ ਤੇ ਤਲੀ ਤੇ ਰਗੜ ਕੇ ਜਿਹੜਾ ਲਾਉਂਦੇ ਆ ਨਾ ਤਮਾਕੂ, ਚੁਰਟ ਚੁਰਟ ਕਰੇ ਬਰਬਾਦ। ਕਹਿੰਦੇ ਬਰਬਾਦ ਕਰਨ ਵਾਲਾ, ਹੱਥ ਦੀਆਂ ਤੇ ਮਸਤਕ ਦੀਆਂ ਲਕੀਰਾਂ ਮਾਰਨ ਵਾਲਾ ਚੁਰਟ, ਜਿਹੜਾ ਤਲੀ ਤੇ ਮਲਕੇ ਲਾਉਂਦੇ ਆ। ਤਾਂ ਹੁਣ ਸਾਡੀਆਂ ਤਾਂ ਯਾਰੀਆਂ ਹੀ ਤਲੀ ਤੇ ਮਲਕੇ ਲਾਉਣ ਵਾਲਿਆਂ ਨਾਲ, ਅਸੀਂ ਤਾਂ ਖਾਂਦੇ ਹੀ ਉਹਨਾਂ ਨਾਲ ਹੈ, ਅਸੀਂ ਤਾਂ ਕਹਿੰਦੇ ਉਹਨਾਂ ਨੂੰ ਤੁਸੀਂ ਚੰਗੇ ਹੋ। ਜਿਹੜਾ ਕੋਈ ਨਿਤਨੇਮੀ ਆ ਉਹਨੂੰ ਕਹਿੰਦੇ ਆ ਚੱਲ ਚੱਲ ਤੂੰ ਬਾਹਰ, ਚੱਲ ਚੱਲ ਤੂੰ ਨੀ ਚੰਗਾ, ਦੱਸੋ ਸਾਡਾ ਭਲਾ ਕਿੱਥੋਂ ਹੋਊਗਾ। ਚੁੱਟ ਕਰੇ ਬਰਬਾਦ, ਜਿਹੜਾ ਤਲੀ ਤੇ ਮਲਕੇ ਲਾਉਂਦਾ ਨਾ, ਕਹਿੰਦੇ ਉਹ ਬਰਬਾਦ ਕਰਨ ਵਾਲਾ, ਬਰਬਾਦ ਹੋਇਆ ਹੋਇਆ ਤੇ ਉਹਦੀ ਸੰਗਤ ਬਰਬਾਦ ਕਰੂਗੀ ਮਹਾਰਾਜ। ਕਹਿੰਦੇ ਭੰਗਤ ਹੈ ਤਨ ਏਕ, ਜਿਹੜਾ ਭੰਗ ਪੀਣ ਵਾਲਾ ਨਾ ਉਹਦਾ ਹੌਲੀ ਹੌਲੀ ਫਿਰ ਮੇਧਾ ਕਮਜ਼ੋਰ ਹੋ ਕੇ ਤੇ ਸਰੀਰ ਉਹਦਾ ਨਕਾਰਾ ਹੋ ਜਾਂਦਾ। ਜੇ ਖੁਰਾਕ ਨਾ ਹੋਵੇ ਨਾ ਉਹਨੂੰ, ਖੁਰਾਕ ਕਿਹੜਾ ਦਊਗਾ, ਚਾਹ ਤਾਂ ਪਾਣੀ 'ਚ ਮਧਾਣੀ, ਲੱਸੀ ਜੇ 2 ਲੀਟਰ ਲੱਸੀ ਹੈ ਵਿੱਚ 10 ਲੀਟਰ ਪਾਣੀ ਹੈ, ਖੁਰਾਕ ਕਿਹੜਾ ਦਊਗਾ ਉਹਨੂੰ। ਦੁੱਧ ਤਾਂ ਨਾਮ ਨਿਸ਼ਾਨ ਮੰਗਿਆਂ ਪੁੱਛਿਆਂ ਲੱਭਦਾ ਨਹੀਂ ਹੈ, ਕਿਤੇ ਵੀ ਕੋਈ ਕਹਿੰਦੇ ਬਾਬਾ ਦੁੱਧ ਵੀ ਪੀ ਲਾ ਕਿਤੇ ਗਲਾਸ, ਆ ਤੈਨੂੰ 1/2 ਕਿਲੋ ਦੁੱਧ ਦੇ ਦਿੰਦੇ ਹਾਂ, ਆਹ ਤਾਂ ਕਿਤੇ ਲੱਭਿਆ ਨਹੀਂ ਲੱਭਦਾ। ਕੋਈ ਕਹਿ ਦੇਵੇ ਕੋਈ ਬਈ ਲੈ ਬਾਬਾ ਤੂੰ 1/2 ਕਿਲੋ ਦੁੱਧ ਪੀ ਲਾ, ਅੱਜ ਪਾਈ ਆ ਦੁੱਧ ਲੈ ਲਾ, ਚਾਹ ਨਹੀਂ ਲੱਭਦੀ, ਲੱਸੀ ਨਹੀਂ ਲੱਭਦੀ, ਲੱਸੀ 'ਚ ਵੀ ਪਾਣੀ 'ਚ ਮਧਾਣੀ ਤੇ ਦੁੱਧ ਕਿਹੜਾ ਦਊਗਾ ਇੱਥੇ। ਕਹਿੰਦੇ ਫਿਰ ਇਸ ਕਰਕੇ ਭਾਈ ਜਿਹੜਾ ਚੁੱਟ ਕਰੇ ਬਰਬਾਦ ਭੰਗ ਦਹੇ ਤਨ ਏਕ, ਭੰਗ ਹੈ ਜਿਹੜੀ ਖੁਸ਼ਕ ਹੁੰਦੀ ਹੈ, ਇਹ ਜਿਹੜਾ ਪੀਂਦਾ ਉਹਦਾ ਸਰੀਰ ਬੇਕਾਰ ਕਰਦੀ ਹੈ। ਮਦਰਾ ਦਹਿਤਾ ਸਪਤ ਕੁੱਲ, ਜਿਹੜਾ ਸ਼ਰਾਬ ਪੀਂਦਾ ਕਹਿੰਦੇ 7 ਕੁੱਲ ਉਹਦੇ ਨਾਸ ਹੁੰਦੇ ਆ, ਨਾਨਕਿਆਂ ਦਾਦਕਿਆਂ ਸਹੁਰਿਆਂ ਦੇ ਕਹਿੰਦੇ 7 ਕੁੱਲ ਉਹਦੇ ਨਾਸ। ਨਿੰਦਾ ਦਹੇ ਅਨੇਕ, ਜਿਹੜੀ ਕਿਸੇ ਦੀ ਨਿੰਦਾ ਕਰਨੀ, ਆ ਭਾਈ ਨੰਦ ਲਾਲ ਜੀ ਦਾ ਹੁਕਮਨਾਮਾ ਰਹਿਤਨਾਮਾ, ਉਹਦੇ ਵਿੱਚ ਕਹਿੰਦੇ ਆ, ਅਸੀਂ ਤਾਂ ਜਪਜੀ ਸਾਹਿਬ ਪੜ੍ਹਿਆ ਹੋਣਾ ਇਕੱਲਾ, ਪਰ ਸਾਨੂੰ ਇਹ ਨਹੀਂ ਪਤਾ ਵੀ ਨੰਦ ਲਾਲ ਦਾ ਰਹਿਤਨਾਮਾ ਕੀ ਕਹਿੰਦਾ, ਭਾਈ ਮੋਹਕਮ ਸਿੰਘ, ਭਾਈ ਹਿੰਮਤ ਸਿੰਘ ਇਹਨਾਂ ਦੇ ਰਹਿਤਨਾਮੇ ਕੀ ਕਹਿੰਦੇ ਆ। ਆਪਾਂ ਕਹਿ ਦਿੰਦੇ ਹਾਂ ਸੰਪਰਦਾਇ ਰਾੜਾ ਸਾਹਿਬ ਹੈ ਜਿਹੜੀ ਭਾਈ ਮੋਹਕਮ ਸਿੰਘ ਦੀ ਹੈ, ਉਹਨਾਂ ਦੇ ਰਹਿਤਨਾਮੇ ਕੀ ਕਹਿੰਦੇ ਆ, ਉਹ ਆਪਾਂ ਪੜ੍ਹਦੇ ਹੀ ਨਹੀਂ ਕਦੇ ਵੀ ਭਾਈ ਮੋਹਕਮ ਸਿੰਘ ਦੇ ਰਹਿਤਨਾਮੇ ਕੀ ਕਹਿੰਦੇ ਆ। ਭਾਈ ਮੋਹਕਮ ਸਿੰਘ ਦਾ ਰਹਿਤਨਾਮਾ ਕਹਿੰਦਾ ਕਿ ਸਿੱਖ ਹੈ ਜਿਹੜਾ ਇੱਕ ਵੇਲੇ ਇੱਕ ਮਿੰਟ ਵੀ 5 ਸ਼ਸਤਰਾਂ ਤੋਂ ਬਿਨਾਂ ਨਾ ਰਹੇ, 5 ਕਕਾਰਾਂ ਤੋਂ ਬਿਨਾਂ ਨਾ ਰਹੇ, 5 ਬਾਣੀਆਂ ਤੋਂ ਬਿਨਾਂ ਨਾ ਰਹੇ। ਭਾਈ ਮੋਹਕਮ ਸਿੰਘ, ਭਾਈ ਹਿੰਮਤ ਸਿੰਘ ਦੇ ਰਹਿਤਨਾਮੇ ਨੇ ਜਿਹੜੇ ਉਹ ਕਹਿੰਦੇ ਆ, ਤੇ ਆਪਾਂ ਕਹਿੰਦੇ ਆਪਾਂ ਉਹਨਾਂ ਦੇ ਪੈਰੋਕਾਰ ਹੈ। ਬਾਣੀ 1 ਵੀ ਨੀ ਪੜ੍ਹਨੀ, ਕਕਾਰ 1 ਵੀ ਨੀ ਰੱਖਣਾ, ਉਹਨਾਂ ਦੇ ਪੈਰੋਕਾਰ ਕਿਵੇਂ ਹੋ ਜਾਵਾਂਗੇ। ਉਹਨਾਂ ਨੇ ਤਾਂ 1.25 ਲੱਖ ਨੂੰ ਵੱਢਣਾ ਕੀਤਾ ਜ਼ੁਲਮ ਦੇ ਵਿੱਚ, ਜੰਗ ਦੇ ਵਿੱਚ, ਚਮਕੌਰ ਦੀ ਗੜੀ ਦੇ ਵਿੱਚ 1.25 ਲੱਖ ਸੇ ਏਕ ਲੜਾਊ,
तवै गोविंद सिंह नाम कहाऊं चिड़ियों से मैं बाज तड़ाऊं, तवै गोविंद सिंह नाम कहाऊं। कहिंदे चिड़िया दे नाल जिहड़े कदे छुरी नहीं सी चक्की, कदे सरकार दे खिलाफ बोल नहीं सी सकदे, आपां चिड़िया वर्गे आं। जे सरकार दे खिलाफ कहे ना कोई, कहिंदे ना जी साडी तां धार्मिक संस्था जी, ऐ ना कहो जी, ऐ ना कहो जी, सरकार ना, सरकार दे खिलाफ किहड़ा बोल सकदा। सरकार दीआं बदनीतियां दे खिलाफ जिहड़े बोले ओ धर्म दे विच, राज दे विच, इतिहास दे विच जिहड़े परपक्क ते अमर होए, जिहड़े सरकार दीआं नीतियां दे अनुसार ही चलदे गए, उहनां नूं गदार कहा गया, उहनां नूं डुबणे कहा गया, उहनां नूं काली बिरती वाले कहा गया, उहनां दा इतिहास कालियां अखरां दे विच लिखिया गया। पर जिन्हां ने सरकार दा विरोध कीता उन्हां दा, उन्हां नूं कहा गया क्रांतिकारी, देश भगत, सूरमे, उन्हां नूं कहा गया लोक नायक। साध संगत जी, कदे भी जिहड़ी समें दी सरकार है ना, लोक नायक नहीं हो सकदी। कदे तुसीं विचार के देख लिओ, समें दी सरकार लोक नायक नहीं हो सकदी। लोक नायक तां उह लोक हुंदे ने जिहड़े सरकार दीआं पक्षपाती नीतियां दा विरोध करके शहादतां दिंदे ने, जेलां कटदे ने, गोलियां मूहरे खड़दे ने, उहनां दे जबर दे खिलाफ प्रचार करदे ने, बोलदे ने, उहनां लोकां नूं लोक नायक कहा जांदा है। तां ऐसे ही लोक नायक बंदा सिंह जी बहादुर होए। सतगुरु गुरु गोबिंद सिंह साहिब महाराज जी तो खंडे वाटे दा अमृत छकिया, अमृत छक करके उन्होंने पंजाब वल मूह कीता, पंजाब वल मूह करके उन्होंने सारे हाकमां दा सौदा लाउणा कीता, जिन्हां जिन्हां ने गुरु गोबिंद सिंह साहिब महाराज जी दे नाल वधीकियां कीतियां सी, भावां उह कहलूर दा राजा भीम चंद सी, भावां उह शरदावान राजा नाहन दा भूप प्रकाश सी, क्योंकि जदों बंदा सिंह बहादुर ने लोहगढ़ दे किले दे विच आ करके अपना मुकाम कर लिया सी ना, अंबाले दे पास है संढौरे दे लोहगढ़ दा किला, साध संगत जी, तां बंदा सिंह बहादुर नूं 80,000 जिहड़े सन ਉਹ ਬਹਾਦਰ ਸ਼ਾਹ ਦੇ ਕਹੇ ਤੇ ਲੋਕ ਘੇਰਾ ਪਾ ਕੇ ਬਹਿ ਗਏ। ਉਹਨਾਂ ਦੇ ਵਿੱਚ ਯੂਪੀ ਵਾਲੇ ਵੀ ਸਨ, ਬਿਹਾਰ ਵਾਲੇ ਵੀ ਸਨ, ਹਰਿਆਣੇ ਵਾਲੇ ਵੀ ਸਨ, ਪੰਜਾਬ ਵਾਲੇ ਵੀ ਸਨ, ਅਨੇਕਾਂ ਪ੍ਰਕਾਰ ਦੇ ਸਰਕਾਰ ਦੇ ਪਿੱਠੂ ਸਨ ਚਾਰਾਂ ਸਟੇਟਾਂ ਤੋਂ। ਜਦੋਂ ਘੇਰਾ ਪਾ ਕੇ ਬਹਿ ਗਏ, ਘੇਰਾ ਲੰਬਾ ਹੁੰਦਾ ਗਿਆ ਹੁੰਦਾ ਗਿਆ ਹੁੰਦਾ ਗਿਆ, 8 ਮਹੀਨੇ ਬੀਤ ਗਏ ਕਿ ਇਹਨਾਂ ਨੂੰ ਅੰਦਰ ਭੁੱਖੇ ਮਾਰ ਦਿਓ, ਜੇਕਰ ਕੋਈ ਕਿਸੇ ਪ੍ਰਕਾਰ ਦੀ ਇਹਨਾਂ ਨੂੰ ਮਦਦ ਨਾ ਪਹੁੰਚੇ ਤਾਂ ਆਪੇ ਸਰੈਂਡਰ ਕਰ ਦੇਣਗੇ, ਆਪੇ ਮਰ ਮੁੱਕ ਜਾਣਗੇ, ਆਪੇ ਬਾਹਾਂ ਖੜੀਆਂ ਕਰ ਦੇਣਗੇ। ਪਰ ਕਿਸੇ ਪ੍ਰਕਾਰ ਵੀ ਉਹਨਾਂ ਦੀ ਮਨਸ਼ਾ ਜਿਹੜੀ ਸਾਧ ਸੰਗਤ ਜੀ ਪੂਰੀ ਨਹੀਂ ਹੋਈ। ਬੰਦਾ ਸਿੰਘ ਬਹਾਦਰ ਨੇ ਪ੍ਰਪੱਕ ਯੁੱਧ ਲੜਨਾ ਕੀਤਾ ਤੇ ਫਿਰ ਨਹਾਨ ਦੀਆਂ ਪਹਾੜੀਆਂ ਦੇ ਵੱਲ ਜਿਹੜਾ ਸੀ ਜਾ ਕਰਕੇ ਆਪਣਾ ਨਿਵਾਸ ਕੀਤਾ। ਜਦੋਂ 60,000 ਦੇ ਘੇਰਾ ਪਾਉਣ ਵਾਲਿਆਂ ਦੇ ਵਿੱਚੋਂ 15,000 ਬਚੇ, 45,000 ਨੂੰ ਉਹਨੇ ਚਲੋ ਜੀ ਕਹਿੰਦਾ ਸਤਨਾਮ ਸ੍ਰੀ ਵਾਹਿਗੁਰੂ ਜਮਦੇ ਧਾਮ ਪਹੁੰਚਾਤੇ। ਕਹਿੰਦੇ ਓਏ ਤੁਹਾਨੂੰ ਦੱਲਿਓ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦਿਆਂ ਤਾਂ ਕੋਈ ਦੁੱਖ ਨਾ ਹੋਇਆ, ਤੇ ਤੁਸੀਂ 60,000 ਇਕੱਠੇ ਹੋ ਕੇ 80,000 ਇੱਥੇ ਘੇਰਾ ਪਾਉਣ ਵਾਸਤੇ ਆ ਗਏ, ਬਰੂਦ ਦੇ ਨਾਲ ਫੂਕ ਦਿੱਤੇ। ਬਾਬਾ ਬੰਦਾ ਸਿੰਘ ਬਹਾਦਰ ਨੇ ਐਸੀਆਂ ਤੋਪਾਂ ਚਲਾਈਆਂ, ਐਸਾ RDX ਬਖਸ਼ਿਆ, ਐਸਾ ਜਿਹੜਾ ਉਸ ਵੇਲੇ ਡਾਇਨਾਮਾਈਟ ਬਰੂਦ ਜਿਹੜਾ ਵਰਤਣਾ ਕੀਤਾ, 60,000 ਦੇ ਵਿੱਚੋਂ 45,000 ਨੂੰ ਗੱਡੀ ਚੜਾ ਦਿੱਤਾ। ਕਹਿੰਦੇ ਸਾਡੇ ਗੁਰੂ ਨੇ ਐਂ ਗੱਡੀ ਚੜਾਏ ਸੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਹਿੰਦੇ ਐਂ ਗੱਡੀ ਚੜਾਏ ਸੀ, ਐਂ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸਰਬੰਸ ਵਾਰ ਕੇ ਗੱਡੀ ਚੜਾਏ ਸੀ, ਜਿਹੜੇ ਜ਼ੁਲਮ ਕਰਨ ਵਾਲੇ ਇਨਸਾਫ ਨੂੰ ਨਾ ਪਛਾਣਨ ਵਾਸਤੇ ਤੁਸੀਂ ਸਰਕਾਰ ਦਾ ਲੂਣ ਖਾਂਦੇ ਹੋ, ਸਰਕਾਰ ਦੀ ਨੌਕਰੀ ਕਰਦੇ ਹੋ, ਤੁਹਾਡੇ ਜੀ ਸਦਕੇ ਬਲਿਹਾਰ ਤੁਸੀਂ ਨੌਕਰੀ ਕਰੋ, ਲੂਣ ਖਾਓ, ਪਰ ਅਸੀਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦਾ ਲੂਣ ਖਾਂਦੇ ਹਾਂ, ਅਸੀਂ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਦੇਵ ਮਹਾਰਾਜ ਦੀ ਨੌਕਰੀ ਕਰਦੇ ਹਾਂ, ਇਸ ਕਰਕੇ ਦੇਖ ਲਓ ਤੁਹਾਡਾ ਪੰਗਾ ਤੇ ਹੱਥ ਕਿਹਦੇ ਨਾਲ ਪਿਆ ਹੈ, ਤੁਹਾਡਾ ਜਿਹੜਾ ਮੱਥਾ ਹੈ ਕਿਹਦੇ ਨਾਲ ਜੁੜਿਆ ਹੈ। ਇਸ ਤਰ੍ਹਾਂ ਨਾਲ ਵਿਚਾਰ ਕਰਦਿਆਂ ਜਦੋਂ ਉਹਨਾਂ ਤੋਂ ਲੋਹਗੜ੍ਹ ਦੇ ਕਿਲੇ ਦੇ ਵਿੱਚ ਵੀ ਕਿਸੇ ਪ੍ਰਕਾਰ ਮੁਕਾਬਲਾ ਨਾ ਹੋਇਆ,
ਤਾਂ ਕਹਿੰਦੇ ਉਸ ਵੇਲੇ ਫਰਖਸ਼ੀਅਰ ਬਾਦਸ਼ਾਹ ਸੀ ਜਿਹੜਾ, ਉਹਨੇ ਹੁਕਮ ਦੇ ਦਿੱਤਾ ਕਿ ਜਿੱਥੇ ਕਿੱਥੇ ਵੀ ਬੰਦਾ ਸਿੰਘ ਬਹਾਦਰ ਮਿਲੇ, ਭਾਈ ਗੁਰਬਖਸ਼ ਸਿੰਘ ਮਿਲੇ, ਇਹਨੂੰ ਫੜ ਕਰਕੇ, ਇਹਨੂੰ ਮਾਰ ਕਰਕੇ, ਇਹਦਾ ਸਿਰ ਵੱਢ ਕਰਕੇ ਲਿਆ ਕੇ ਦਿੱਲੀ ਦੇ ਵਿੱਚ ਪੇਸ਼ ਕੀਤਾ ਜਾਵੇ। ਆ ਦਿੱਲੀ ਕਈ ਵਾਰ ਜਿਹੜੇ ਸਿੱਖਾਂ ਦੇ ਮੁੱਲ, ਆ ਖੜਕੂ ਲਹਿਰ ਦੇ ਵਿੱਚ ਦੇਖ ਲਓ, ਆ ਭਾਈ ਬਲਵਿੰਦਰ ਸਿੰਘ ਜਟਾਣੇ ਵਰਗਿਆਂ ਦੇ, ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਿਆਂ ਦੇ, ਭਾਈ ਵਰਿਆਮ ਸਿੰਘ ਖੱਪਿਆਂ ਵਾਲੀ, ਸੰਤ ਜਰਨੈਲ ਸਿੰਘ ਜੀ, ਆ ਆਪਣੇ ਜਿਹੜਾ ਜਨਰਲ ਸੁਵੇਗ ਸਿੰਘ ਜੀ, ਆਪ ਬਾਬਾ ਠਾਰਾ ਸਿੰਘ ਜੀ, ਇਹਨਾਂ ਦੇ ਸਿਰ ਦੇ ਇਨਾਮ ਰੱਖਦੀ ਰਹੀ ਕਿ ਕੋਈ ਇਹਨਾਂ ਨੂੰ ਮਰਿਆ ਜਾਂ ਜਿਉਂਦਾ ਜਾਂ ਸਿਰ ਵੱਢ ਕੇ ਲਿਆ ਕੇ ਇੰਦਰਾ ਗਾਂਧੀ ਵਰਗੇ ਇਹ ਕੰਮ ਕਰਤੱਵ ਕਰਦੇ ਨੇ ਕਿ ਲਿਆ ਕੇ ਸਾਨੂੰ ਹਾਜ਼ਰ ਕਰੋ। ਉਹ ਕਹਿੰਦੇ ਕਿਹੜਾ ਹਾਜ਼ਰ ਕਰ ਸਕਦਾ, ਉੱਥੇ ਹਾਜ਼ਰ ਕਰਨ ਵਾਸਤੇ ਪਹਿਲਾਂ ਸਾਨੂੰ 500 ਸਿਰ ਦੇਣਾ ਪਊਗਾ, ਫਿਰ ਉਹਦਾ ਇੱਕ ਅੱਧਾ ਸਿਰ ਜਿਹੜਾ ਹਾਜ਼ਰ ਹੋਊਗਾ। 500 ਸਿਰ ਉੱਥੇ ਗਵਾਉਣੇ ਪੈਣਗੇ ਜਾ ਕੇ, ਐਵੇਂ ਨਹੀਂ ਜਾ ਕੇ ਤੁਸੀਂ ਹਾਜ਼ਰ ਕਰ ਸਕਦੇ। ਤਾਂ ਇਸ ਤਰ੍ਹਾਂ ਨਾਲ ਉਹਨਾਂ ਦੇ ਮੱਥੇ ਲੱਗਦੇ ਰਹੇ, ਉਹਨਾਂ ਦੀਆਂ ਝੜਪਾਂ ਹੁੰਦੀਆਂ ਰਹੀਆਂ, ਉਹਨਾਂ ਦੀਆਂ ਚੋਟਾਂ ਜਿਹੜੀਆਂ ਖਾਲਸੇ ਪੰਥ ਨੇ ਸਹਾਰੀਆਂ, ਤੇ ਉਹਨਾਂ ਦਿੱਲੀ ਵਾਲਿਆਂ ਨੂੰ, ਅਕਾਲ ਤਖ਼ਤ ਨੇ ਦਿੱਲੀ ਦੇ ਤਖ਼ਤ ਨੂੰ ਸਾਧ ਸੰਗਤ ਜੀ ਜਵਾਬ ਦੇਣਾ ਕੀਤਾ। ਸੋ ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਜਿਹੜੇ ਹੋਏ ਨਾ, ਉਹਨਾਂ ਨੇ ਦਿੱਲੀ ਦੇ ਤਖ਼ਤ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਮੰਨ ਕਰਕੇ ਲੜਨਾ ਕੀਤਾ, ਘੁਲਣਾ ਕੀਤਾ। ਬੜਾ ਵੱਡਾ ਜੰਗ ਸ਼ਹਾਦਤ ਉਹਨਾਂ ਨੇ ਜਿਹੜਾ ਪ੍ਰਾਪਤ ਕੀਤਾ। ਆਓ ਬੰਦਾ ਸਿੰਘ ਬਹਾਦਰ ਜੀ ਦੀ ਟੂਕ ਮਾਤਰ ਸਾਖੀ ਨੂੰ ਆਪਾਂ ਲੜੀਵਾਰ, ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਤਿਹਾਸ ਆਪਾਂ ਸਰਵਣ ਕਰਦੇ ਹਾਂ ਰੋਜ਼, ਉਹ ਤਾਂ ਆਪਾਂ ਕੱਲ ਨੂੰ ਸਰਵਣ ਕਰਾਂਗੇ। ਸੋ ਅੱਜ ਥੋੜੀ ਜੀ ਬੰਦਾ ਸਿੰਘ ਬਹਾਦਰ ਜੀ, ਕਿਉਂਕਿ ਸ਼ਹਾਦਤ ਦਾ ਦਿਨ ਹੈ, ਜਿੱਥੇ ਬਖਤਿਆਰ ਕਾਕੀ ਦੀ ਦਰਗਾਹ ਹੈ ਦਿੱਲੀ ਦੇ ਵਿੱਚ, ਉੱਥੇ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ ਸੀਗਾ। ਕਹਿੰਦੇ ਪਹਿਲਾਂ ਲੋਹਾਂ ਵਾਲੇ ਕਿਲ੍ਹੇ ਦੇ ਵਿੱਚ ਉਹਨੂੰ, ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਬੰਦ ਕਰ ਦਿੱਤਾ ਲੋਹਾਂ ਵਾਲੇ ਕਿਲ੍ਹਿਆਂ ਦੇ ਵਿੱਚ, ਕਿਲ੍ਹੇ ਲੱਗੇ ਹੋਏ ਸੀ ਉਸ ਪਿੰਜਰੇ ਦੇ ਵਿੱਚ, ਅਸੀਂ ਭੁੱਲ ਜਾਂਦੇ ਹਾਂ ਜੇ ਸਾਨੂੰ ਕੋਈ ਪਿੰਜਰੇ ਦੇ ਵਿੱਚ ਬੰਦ ਕਰ ਦੇਵੇ, ਪਰ ਸਾਨੂੰ ਪਿੰਜਰੇ 'ਚ ਬੰਦ ਕਰਨ ਦੀ ਲੋੜ ਨਹੀਂ, ਅਸੀਂ ਤਾਂ ਪਿੰਜਰੇ 'ਚ ਬੰਦ ਹੋਏ ਹੋਏ ਹਾਂ। ਸਾਨੂੰ ਪੋਲੀਟੀਕਲ ਸਥਿਤੀਆਂ ਨੇ ਜਿਹੜੀਆਂ ਉਹ ਸਾਨੂੰ ਪਿੰਜਰੇ 'ਚ ਬੰਦ ਕਰੀ ਬੈਠੀਆਂ ਨੇ, ਸਾਨੂੰ ਪਿੰਜਰੇ 'ਚ ਬੰਦ ਕਰਨ ਦੀ ਉਹ ਲੋਹਿਆਂ ਦੇ ਕਿੱਲ ਲਾਉਣ ਦੀ ਲੋੜ ਨਹੀਂ ਹੈ, ਸਾਡੇ ਤਾਂ ਕਿੱਲ ਲੱਗੇ ਹੋਏ ਆ, ਕਰਜ਼ੇ ਲੈ ਲਏ, ਆਹ ਕਰ ਲਿਆ, ਉਹ ਕਰ ਲਿਆ, ਲੋਕ ਕਿੱਲ ਲੱਗ ਗਏ, ਪਿੰਜਰੇ 'ਚ ਖਤਮ ਹੋ ਗਏ, ਬੰਦ ਹੋ ਗਏ, ਕੀ ਕਰਾਂਗੇ, ਕਿੱਧਰ ਨੂੰ ਜਾਵਾਂਗੇ, ਕਿੱਧਰ ਨੂੰ ਭੱਜਾਂਗੇ। ਜੇ ਬੈਠਦੇ ਹਾਂ ਤਾਂ ਚਿੰਤਾ ਕਿੱਲਾ ਚੁੱਭਦਾ, ਜੇ ਉੱਠਦੇ ਹਾਂ ਤਾਂ ਚਿੰਤਾ ਕਿੱਲ ਚੁੱਭਦਾ, ਜੇ ਸੌਂਦੇ ਹਾਂ ਤਾਂ ਕਿੱਲ ਚੁੱਭਦਾ ਵੀ ਕਰਜ਼ੇ ਦੇਣੇ ਆ, ਜੇਕਰ ਕੋਈ ਹੋਰ ਹੁੰਦਾ ਤਾਂ ਸਾਨੂੰ ਕੈਦ ਕਰਨ ਦੀ ਲੋੜ ਹੀ ਨਹੀਂ ਹੈ। ਉਹਨਾਂ ਨੇ ਉਹਨਾਂ ਨੂੰ ਕੈਦ ਕੀਤਾ ਬੜੇ ਪ੍ਰਕਾਰ ਨਾਲ, ਤੇ ਬੜੇ ਪ੍ਰਕਾਰ ਦੇ ਕਸ਼ਟ ਦਿੱਤੇ ਕਿ ਧਰਮ ਦੀਨ ਹੀਨ ਹੋ ਕਰਕੇ ਇਹ ਜਿਹੜੇ ਹਨ ਸਾਡਾ ਧਰਮ ਅਖਤਿਆਰ ਕਰ, ਸਾਡੀ ਈਨ ਮੰਨ ਲੈਣ। ਪਰ ਬੰਦਾ ਸਿੰਘ ਬਹਾਦਰ ਨੇ ਕਹਿੰਦੇ ਈਨ ਹੀ ਨਹੀਂ ਮੰਨੀ। ਕਹਿੰਦੇ ਜਦੋਂ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਬੰਦਾ ਸਿੰਘ ਬਹਾਦਰ ਘਿਰ ਗਏ ਸਨ, ਦੁਨੀ ਚੰਦ ਦੀ ਹਵੇਲੀ ਸੀ, ਇੱਕ ਹਵੇਲੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਲੜੇ ਸੀ, ਜਿਹਨੂੰ ਚਮਕੌਰ ਦੀ ਗੜੀ ਕਿਹਾ ਜਾਂਦਾ, 10 ਲੱਖ ਨਾਲ ਮੁਕਾਬਲਾ। ਇੱਕ ਗੁਰਦਾਸ ਨੰਗਲ ਦੀ ਗੜੀ ਸੀ ਜਿਹਦੇ ਵਿੱਚ 1.5 ਲੱਖ ਨਾਲ ਮੁਕਾਬਲਾ ਬੰਦੇ ਬਹਾਦਰ ਦਾ ਹੋਇਆ। ਕਹਿੰਦੇ ਜਿੰਨੇ ਜੱਟ ਬੂਟ ਲੋਕ ਵੀ ਸਨ ਨਾ, ਸਿਦਕੀ ਸਿੱਖਾਂ ਤੋਂ ਬਿਨਾਂ ਛੱਡ ਕੇ, ਸਾਰੇ ਥੋੜ੍ਹੀ ਬੰਦੇ ਬਹਾਦਰ ਦੇ ਪਾਸ਼ਕ ਸਨ, ਉਹ ਵੀ ਸਾਰੇ ਵਿਰੋਧ ਵਾਲੇ ਸਨ, ਵਿਰੋਧ ਕਰਨ ਵਾਲੇ ਸਨ। ਜਦੋਂ ਹਕੂਮਤ ਨੇ, ਸਰਕਾਰ ਨੇ ਕਿਹਾ ਕਿ ਲਾ ਦਿਓ ਅੱਗਾਂ, ਕੋਈ ਇਹਨਾਂ 'ਚੋਂ ਬਚ ਕੇ ਨਾ ਜਾਵੇ, ਤਾਂ ਉਸ ਵੇਲੇ ਅੱਗਾਂ ਲਾਉਣ ਵਾਲੇ ਜਿਹੜੇ ਕਾਸ਼ਤਕਾਰ ਸਨ ਉਹ ਵੀ ਅੱਗਾਂ ਲਾਉਣ ਵਾਲੇ ਹੋ ਗਏ, ਉਹ ਵੀ ਕਹਿੰਦੇ ਸਰਕਾਰ ਦੇ ਪੱਖ ਦੇ ਵਿੱਚ ਭੁਗਤਣ ਵਾਲੇ ਬੜੇ ਮੁਖਬਰ ਬਣ ਗਏ, ਬੜੇ ਗਦਾਰ ਬਣ ਗਏ, ਬੰਦਾ ਸਿੰਘ ਬਹਾਦਰ ਨੂੰ ਫੜਾਉਣ ਵਾਸਤੇ ਕਿ ਕਿਸੇ ਪ੍ਰਕਾਰ ਨਾਲ ਅਸੀਂ ਸੌਖੇ ਹੋ ਜਾਈਏ। ਤਾਂ ਬੰਦੇ ਬਹਾਦਰ ਨੇ ਉਸ ਵੇਲੇ ਕੀ ਆਖਣਾ ਕੀਤਾ, ਕਹਿੰਦੇ ਦੇਖਿਆ, ਕਹਿੰਦੇ ਸਰੀਰ ਵੀ ਬਹੁਤ ਔਖਾ ਹੋ ਗਿਆ ਬੰਦੇ ਬਹਾਦਰ ਦਾ। ਕਹਿੰਦੇ ਨਾਲ ਦੇ ਸਨ ਜਿਹੜੇ, ਕਹਿੰਦੇ ਕਈ ਤਾਂ ਕਹਿੰਦੇ ਐਂ ਹੱਡੀਆਂ ਦੀ ਮੁੱਠ ਰਹਿ ਗਏ, ਜਿਵੇਂ ਕਬਰਾਂ ਦੇ ਵਿੱਚੋਂ ਨਿਕਲ ਕੇ ਭੱਜੇ ਹੋਣ, ਕਬਰਾਂ ਦੇ ਵਿੱਚੋਂ ਨਿਕਲ ਕੇ ਭੱਜੇ ਹੋਣ। ਕਹਿੰਦੇ ਖੁਰਾਕ ਹੀ ਨਹੀਂ, ਕੋਈ ਕੁਛ ਖਾਣ ਨੂੰ ਹੀ ਨਹੀਂ ਮਿਲਦਾ। ਕਹਿੰਦੇ ਬਾਹਰੋਂ ਜਿਹੜੇ ਘੇਰਾ ਪਾਈ ਬੈਠੇ ਹਨ ਲੋਕ, ਉਹ ਜੇ ਕਿਸੇ ਤਰਬੂਜ ਦਾ, ਕਿਸੇ ਖਰਬੂਜੇ ਦਾ ਖੋਪੜ ਵੀ ਅੰਦਰ ਸਿੱਟਦੇ ਹੈ
ਕਹਿੰਦੇ ਉਹ ਖੋਪੜ ਨੂੰ ਵੀ ਖਾ ਕਰਕੇ ਉਹ ਕਈ ਜਾਣੇ ਕਹਿੰਦੇ ਮੈਂ ਖਾ ਲਵਾਂ ਐਸੀ ਭੁੱਖ ਵਸ ਗਈ। ਕਹਿੰਦੇ ਕਈ ਫੇਰ ਵੀ ਭੱਜ ਗਏ, ਉਹਨਾਂ ਨੇ ਇੱਕ ਪਾਸੇ ਰਾਸਤਾ ਖੋਲਤਾ, ਕਹਿੰਦੇ ਜਿਹੜੇ ਜਾਣਾ ਚਾਹੁੰਦੇ ਆ ਆ ਜਾਓ। ਆਮ ਲੋਕ ਨੇ ਜਿਹੜੇ, ਕਈ ਚੋਰ ਡਾਕੂ ਆਮ ਲੋਕ ਜਿਹੜੇ ਸਿੱਖੀ ਸਿਦਕ ਤੋਂ ਬਿਨਾਂ ਹੀ ਨਾਲ ਰਲੇ ਹੋਏ ਸੀ ਵੀ ਜਦੋਂ ਸਿੱਖ ਹਮਲਾ ਕਰਨਗੇ, ਸਿੱਖ ਲੁੱਟਣਗੇ ਸਾਨੂੰ ਤਾਂ ਉੱਦਾਂ ਹੀ ਪੈਸੇ ਮਿਲ ਜਾਣਗੇ, ਉੱਦਾਂ ਹੀ ਅਸੀਂ ਤਾਂ ਲੁੱਟ ਲਾਂਗੇ, ਸਾਨੂੰ ਤਾਂ ਉੱਦਾਂ ਹੀ ਖਜ਼ਾਨੇ ਭਰ ਜਾਣੇ ਆ। ਐਂ ਬਥੇਰੇ ਅੱਜ ਵੀ ਬਥੇਰੇ ਐਂ ਰਲੇ ਹੋਏ ਆ, ਪੱਗਾਂ ਬੰਨ੍ਹ ਕੇ, ਦਾੜੀਆਂ ਰੱਖ ਕੇ, ਅੰਮ੍ਰਿਤ ਛੱਕ ਕੇ, ਕਹਿੰਦੇ ਜਦੋਂ ਕੋਈ ਸਮਾਂ ਬਣੇ ਆਪਾਂ ਤਾਂ ਲੁੱਟਣਾ ਹੀ ਆ, ਆਪਾਂ ਤਾਂ ਰੋਟੀਆਂ ਹੀ ਖਾਣੀਆਂ, ਲੂਣ ਹੀ ਖਾਣਾ ਜਿੱਥੋਂ ਮਿਲਦਾ। ਚਲੋ ਜੀ ਚਲੋ, ਆਪਾਂ ਨੂੰ ਸਿਦਕ ਨਾਲ ਥੋੜ੍ਹੀ ਮਤਲਬ ਹੈ। ਜੇ ਪੰਜਾਬ ਦੇ ਹੱਕਾਂ ਬਾਬਤ ਗੱਲ ਆਵੇ ਤਾਂ ਉਹਨਾਂ ਲੋਕਾਂ ਦੇ ਵਿੱਚੋਂ ਕਿੰਨੇ ਕੁ ਖੜਨਗੇ, ਕਿੰਨੇ ਕੁ ਇੱਥੇ ਰਹਿਣਗੇ, ਉਹ ਸਮਾਂ ਹੀ ਦੱਸੂਗਾ। ਸਮਾਂ ਹੀ ਦੱਸਦਾ ਹੁੰਦਾ ਉਹ ਗੱਲ ਵੀ ਕਿੰਨੇ ਕੁ ਇੱਥੇ ਖੜਦੇ ਆ, ਕਿੰਨੇ ਕੁ ਰਹਿੰਦੇ ਆ, ਕਿੰਨੇ ਕੁ ਭੱਜਦੇ ਆ, ਕਿੰਨੇ ਕੁ ਸਲਾਹ ਨਹੀਂ ਲੈਂਦੇ। ਕਹਿੰਦੇ ਚਲੋ ਜੀ ਚਲੋ ਭੱਜ ਚੱਲੋ, ਇੱਥੇ ਤਾਂ ਉਹਨੂੰ ਬਿਪਤਾ ਪੈ ਗਈ। ਉਹ ਬੰਦੇ ਬਹਾਦਰ ਵੇਲੇ ਵੀ ਹੋਇਆ, 1700 ਸਾਧ ਸੰਗਤ ਜੀ 12 ਸਨ ਦੇ ਵਿੱਚ ਜਦੋਂ ਕੱਥੂ ਨੰਗਲਗੜੀ ਦੇ ਵਿੱਚ ਘੇਰਾ ਪੈ ਗਿਆ। ਕਹਿੰਦੇ ਉਸ ਵੇਲੇ ਬਹੁਤ ਸਾਰੇ ਹਾਥੀ ਘੋੜੇ ਜਿਹੜੇ ਸਨ, 8000 ਸਿੱਖਾਂ ਦਾ ਤਾਂ ਵਿਨਾਸ਼ ਓਦਾਂ ਹੀ ਹੋ ਗਿਆ ਕਹਿੰਦੇ ਭੁੱਖ ਦੇ ਨਾਲ, ਕਿਉਂਕਿ 9 ਮਹੀਨਿਆਂ ਤੱਕ ਘੇਰਾ ਪਿਆ ਰਿਹਾ। 9 ਮਹੀਨਿਆਂ ਤੱਕ ਜਿਹੜੇ ਦਰਖਤ, ਕੋਈ ਹੋਰ, ਕੋਈ ਪੱਤੇ, ਕੋਈ ਟਾਹਣੀਆਂ ਪੀਸ ਕੇ ਸਕਾ ਕੇ ਖਾਂਦੇ ਰਹੇ, ਫਿਰ ਵੀ ਘੇਰਾ ਨਹੀਂ ਚੱਕਿਆ। ਫਿਰ ਗਧੇ ਘੋੜੇ ਹੋਰ, ਤੇ ਉਹ ਵੀ ਕਹਿੰਦੇ ਜਾਤ ਪਾਤ ਤਾਂ ਸਿੱਖ ਮੰਨਦਾ ਨਹੀਂ, ਕਹਿੰਦੇ ਪ੍ਰਾਣ ਬਚਾਓ, ਸਰੰਡਰ ਨਹੀਂ, ਹੱਥ ਨਹੀਂ ਖੜੇ ਕਰਨੇ, ਆਪਾਂ ਹਾਰ ਨਹੀਂ ਮੰਨਣੀ, ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਹੈ, ਸੇਵਕ ਹੈ। ਉਹਨੇ ਆਪਾਂ ਨੂੰ ਅੰਮ੍ਰਿਤ ਛਕਾਇਆ, ਉਹਨੇ ਸਰਬੰਸ ਵਾਰਿਆ, ਆਪਾਂ ਸਰਕਾਰ ਨਾਲ ਮਿਲਤ ਨਹੀਂ ਕਰਨੀ, ਸਰਕਾਰ ਨਾਲ ਰਲ ਕੇ ਨਹੀਂ ਚੱਲਣਾ, ਕਿਉਂਕਿ ਸਰਕਾਰ ਦੁਖੀਆਂ ਦੀ ਹੈ, ਇਸ ਕਰਕੇ ਬਗਾਵਤ ਦੇ ਰਾਹ, ਕਿਉਂਕਿ ਬਗਾਵਤ ਜਾਂ ਤਾਂ ਰਾਜ ਹੋਊਗਾ ਖਾਲਸੇ ਦਾ ਜਾਂ ਫਿਰ ਖਾਲਸਾ ਬਾਗੀ ਹੋਊਗਾ, ਪਰ ਵਿੱਚ ਦਰਮਿਆਨੇ ਅੱਧ ਵਿਚਕਾਰੇ ਜੇ ਕੋਈ ਕਹੇ ਕਿ ਕਾਣਾ ਹੋ ਕੇ, ਅੰਨਾ ਹੋ ਕੇ ਵਿੱਚ ਵਿਚਾਲੇ ਜੁੜਿਆ ਰਹੇ, ਤਾਂ ਉਹ ਫਿਰ ਅਗਲੇ ਨੂੰ ਸੋਚਣਾ ਪਊਗਾ ਵੀ ਹੁਣ ਇਹਦਾ ਕੀ ਕਰਨਾ। ਖਾਲਸੇ ਨੇ ਤਾਂ ਸੋਚਿਆ ਹੋਇਆ ਵੀ ਜਾਂ ਬਗਾਵਤ ਤੇ ਜਾਂ ਰਾਜ, ਵਿੱਚ ਵਿਚਾਲੇ ਇਹਦਾ ਕੰਮ ਨਹੀਂ ਚੱਲਦਾ। ਕਹਿੰਦੇ ਜਾਂ ਤਾਂ ਰਾਜ ਸੀ ਜਾਂ ਬਗਾਵਤ ਸੀ, ਬਗਾਵਤੀ ਹੋ ਗਏ। ਆਓ ਸੁਰਤੀ ਬਿਰਤੀ ਇਕਾਗਰ ਕਰੋ। ਸਤਿਸੰਗ ਜੀ 1704 ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਸੀ ਤੇ 1708 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਸਰੀਰ ਤਿਆਗਿਆ ਸੀ। ਤਾਂ ਦੇਖ ਲਓ ਤੁਸੀਂ ਕਿੰਨੇ ਸਾਲ ਹੋਏ, 10 ਤੱਕ ਕਿੰਨੇ ਸਾਲ ਹੋਏ, 5 ਸਾਲ ਹੀ ਹੋਏ ਨਾ 1704 ਤੋਂ। 8 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਸਰੀਰ ਤਿਆਗਿਆ ਸੀ ਤੇ 8 ਤੋਂ ਲੈ ਕੇ 9 ਤੇ 10, 10 ਦੇ ਸ਼ੁਰੂਆਤੀ ਮਹੀਨੇ ਜਨਵਰੀ ਦੇ ਵਿੱਚ ਬੰਦਾ ਬਹਾਦਰ ਨੇ ਨਦੇੜ ਇੱਥੋਂ 3 ਘੱਟੋ ਘੱਟ 1800 ਕਿਲੋਮੀਟਰ ਹੋਣਾ, 2000 ਕਿਲੋਮੀਟਰ, ਤੇ ਉੱਥੋਂ ਆ ਕੇ ਪੰਜਾਬ ਦੀ ਸਰਕਰਦਗੀ ਤੇ ਖਾਲਸਾ ਪੰਥ ਦੇ ਰਾਜ ਦਾ ਨਿਸ਼ਾਨ ਤੇ ਸਿੱਕਾ ਸਥਾਪਿਤ ਕਰ ਦਿੱਤਾ ਸੀਗਾ ਸਿਰਫ 2 ਸਾਲਾਂ ਦੇ ਵਿੱਚ। ਤੇ ਮੈਨੂੰ ਹੈਰਾਨਗੀ ਹੁੰਦੀ ਹੈ ਅੱਜ ਦੇ ਲੀਡਰਾਂ ਤੇ, ਅੱਜ ਦੇ ਜਥੇਦਾਰਾਂ ਤੇ, ਅੱਜ ਦੇ ਪੰਜ ਪਿਆਰਿਆਂ ਤੇ, ਅੱਜ ਦੇ ਸੰਤਾਂ ਤੇ, ਅੱਜ ਦੇ ਗ੍ਰੰਥੀਆਂ ਤੇ, ਅੱਜ ਦੇ ਪ੍ਰਚਾਰਕਾਂ ਤੇ, ਕਿੰਨਾ ਤੁਸੀਂ ਕਿੰਨਾ ਲੂਣ ਖਾਓਗੇ, ਕਿੰਨਾ ਪ੍ਰਚਾਰ ਕਰੋਗੇ, ਕਿੰਨਾ ਰੋਵੋਗੇ, ਕਿੰਨਾ ਕੁ ਜੇਲ੍ਹਾਂ 'ਚ ਜਾਵੋਗੇ, ਕਿੰਨੀ ਕੁ ਕ੍ਰਾਂਤੀਕਾਰੀ ਤੁਸੀਂ ਪਿੱਟੋਗੇ। ਤੇ ਆਜ਼ਾਦੀ ਤਾਂ ਕੋਈ ਹੋ ਹੀ ਨਹੀਂ ਰਹੀ, ਤੁਹਾਡੇ ਮਤੀ ਦਾਸ ਤਾਂ ਅੰਦਰ ਬੈਠੇ ਹੋਏ ਆ। ਜਦੋਂ ਬੰਦਾ ਸਿੰਘ ਬਹਾਦਰ ਨੂੰ ਪਕੜ ਕਰਕੇ ਦਿੱਲੀ ਦੇ ਵਿੱਚ ਲੈ ਕੇ ਗਏ ਨਾ ਸਾਧ ਸੰਗਤ ਜੀ, ਕਹਿਣ ਲੱਗੇ ਮਖੌਲ ਕਰਨ ਵਾਸਤੇ, ਉਸ ਵੇਲੇ ਲਾਲ ਕਲਰ ਦੇ ਚੋਲੇ ਤੇ ਉੱਤੇ ਅਨਾਰਾਂ ਦੇ ਫੁੱਲ ਕੱਢੇ ਹੋਏ, ਭੇਡ ਦੀ ਖੱਲ ਦੀਆਂ ਟੋਪੀਆਂ ਜਿਨ੍ਹਾਂ ਤੇ ਸ਼ੀਸ਼ੇ ਦੇ ਟਿਮਕਣੇ ਸਿਤਾਰੇ ਲਾਏ ਹੋਏ ਉਹਨਾਂ ਦੇ ਸਿਰਾਂ ਦੇ ਉੱਪਰ ਬੰਨ ਦਿੱਤੇ, ਤੇ ਉਹਨਾਂ ਨੂੰ ਕੈਦ ਕਰਕੇ ਇੱਕ ਇੱਕ ਤੇ ਦੋ ਦੋ ਨੂੰ ਇੱਕ ਬੇੜੀਆਂ ਦੇ ਵਿੱਚ ਜੋੜ ਕਰਕੇ ਕਹਿੰਦੇ ਅਲਾਣੇ ਊਠਾਂ ਦੇ ਉੱਪਰ ਬੰਨ ਦਿੱਤਾ। ਕੋਈ ਥ੍ਰੀ ਵੀਲਰ ਦੇ ਵਿੱਚ ਆਪਾਂ ਬੈਠ ਜਾਈਏ ਦਰਾਹੇ ਤੋਂ ਵੀ ਕਹੀਏ ਆਪਾਂ ਇੱਥੇ ਜਾਣਾ ਸਾਹਨੇਵਾਲ, ਤੇ ਉਹ ਦੇਖੇ ਹੀ ਨਾ ਕੋਈ ਕਲੱਚ ਗੇਰ ਤੇ ਦੱਬੀ ਜਾਵੇ, ਤੇ ਇਹ ਨਾ ਦੇਖੇ ਵੀ ਕਿੱਧਰ ਪਾਣੀ ਪੈਂਦਾ, ਕਿੱਧਰ ਉਗੜ ਦੁਗੜੀ ਤੇ ਕਿੱਧਰ ਉੱਚਾ ਨੀਵਾਂ, ਤੇ ਆਪਣਾ ਸਿਰ ਵੱਜੇ ਉੱਪਰ ਛੱਤ ਦੇ ਨਾਲ ਤੇ ਸਿਰ 'ਚ ਹੋ ਜਾਵੇ ਗਲੀ, ਤੇ ਆਪਾਂ ਡਰਾਈਵਰ ਨੂੰ ਚੰਗਾ ਕਹਾਂਗੇ
ਆਪਾਂ ਕਹਾਂਗੇ ਯਾਰ ਚਲਾਉਣਾ ਤਾਂ ਸਿੱਖ ਲਾ, ਅਸੀਂ ਕਿਰਾਇਆ ਦੇਣਾ, ਚਲਾਉਣਾ ਤਾਂ ਸਿੱਖ ਲਾ, ਤੇਰਾ ਲਾਇਸੈਂਸ ਕਿੱਥੇ ਆ? ਤੇ ਇਸ ਤਰ੍ਹਾਂ ਉਹਨਾਂ ਸਿੱਖਾਂ ਨੂੰ ਗੁਰਦਾਸ ਰੰਗਲ ਦੀ ਗੜੀ ਦੇ ਵਿੱਚੋਂ ਕਹਿੰਦੇ ਅਲਾਣੇ ਊਠਾਂ ਤੇ ਬੰਨਤਾ, ਜਿਨ੍ਹਾਂ ਤੇ ਨਾ ਕੋਈ ਗੱਦੀ ਸੀ, ਨਾ ਕੋਈ ਗੱਦਾ ਸੀ, ਨਾ ਕੋਈ ਕਾਠੀ ਸੀ, ਨਾ ਕੋਈ ਰਕਾਬ ਸੀ, ਜਿਹੜੇ ਊਠਾਂ ਨੂੰ ਚੱਲਣਾ ਨਹੀਂ ਸੀ ਆਉਂਦਾ, ਦੋ ਦੋ ਨੂੰ ਜਕੜ ਕਰਕੇ ਉਹਨਾਂ ਦੇ ਉੱਤੇ ਬੰਨ ਦਿੱਤਾ ਤੇ ਕਹਿੰਦੇ ਲੈ ਕੇ ਜਾਣਾ ਗੁਰਦਾਸਪੁਰ ਤੋਂ ਦਿੱਲੀ ਤੱਕ, ਤਾਂ ਦੇਖੋ ਹੁਣ ਉਹਨਾਂ ਦਾ ਕੀ ਹਾਲ ਹੋਇਆ ਹੋਊਗਾ, ਕੋਈ ਹੱਡੀ ਉਹਨਾਂ ਦੀ ਬਚੀ ਹੋਊਗੀ? ਜਦੋਂ ਅਲਾਣੇ ਊਠ ਰਾਹਾਂ ਦੇ ਵਿੱਚ ਬੇਰਾਹਾਂ ਦੇ ਵਿੱਚ ਭੱਜੇ ਤੁਰੇ ਹੋਣਗੇ, ਛਾਲਾਂ ਮਾਰੇ ਹੋਣਗੇ, ਤਾਂ ਉਹਨਾਂ ਉੱਤੇ ਦੋ ਦੋ ਜਕੜ ਕੇ ਬੰਨੇ ਹੋਏ ਸਿੱਖ ਵਿਅਕਤੀਆਂ ਦੀ ਕੋਈ ਹੱਡੀ ਸਾਬਤ ਬਚੀ ਹੋਊਗੀ? ਕੋਈ ਵੀ ਨਹੀਂ ਹੱਡੀ ਸਾਬਤ ਬਚੀ ਹੋਣੀ। ਬਾਹਾਂ ਲੱਤਾਂ ਪੱਟਾਂ ਛਾਤੀਆਂ ਤੋਂ ਲਾ, ਗਰਦਨ ਤੋਂ ਲਾ, ਧੌਣ ਤੋਂ ਲਾ, ਉਹਨਾਂ ਦੀਆਂ ਸਾਰੀਆਂ ਹੱਡੀਆਂ ਦਿੱਲੀ ਤੱਕ ਟੁੱਟ ਗਈਆਂ ਹੋਣਗੀਆਂ। ਕਈ ਮਰੀ ਗਏ ਹੋਣਗੇ, ਕਈਆਂ ਨੇ ਸਰੀਰ ਹੀ ਤਿਆਗਤਾ ਹੋਣਾ, ਪਰ ਫਿਰ ਵੀ ਉਹਨਾਂ ਨੂੰ ਉੱਥੇ ਤੱਕ ਲੈ ਕੇ ਗਏ। ਉੱਥੇ ਤੱਕ ਲੈ ਕਰਕੇ ਕਹਿੰਦੇ ਉਸ ਵੇਲੇ ਇਤਿਹਾਸ ਦੇ ਵਿੱਚ ਇੱਕ ਘਟਨਾ ਆਉਂਦੀ ਹੈ, ਜਿਵੇਂ ਨਾਮਦੇਵ ਜੀ ਨੇ ਕਿਹਾ ਸੀ ਕਿ ਨਾ ਹੋ ਤੇਰਾ ਪੂੰਗਰਾ, ਨਾ ਤੋਂ ਮੇਰੀ ਮਾਏ। ਕਹਿੰਦੇ ਜਦੋਂ ਨਾਮਦੇਵ ਜੀ ਨੂੰ ਸਮੇਂ ਦੇ ਬਾਦਸ਼ਾਹ ਗ੍ਰਿਫਤਾਰ ਕਰ ਲਿਆ ਨਾ, ਤਾਂ ਮਾਂ ਉੱਥੇ ਪਹੁੰਚੀ, ਕਹਿਣ ਲੱਗੀ ਇਹ ਤਾਂ ਮੁਸਲਮਾਨ ਹੈ ਜੀ, ਇਹ ਤਾਂ ਹਿੰਦੂ ਨਹੀਂ ਹੈ, ਇਹ ਤਾਂ ਅੱਲਾ ਅੱਲਾ ਕਹਿ ਦਊਗਾ। ਮਾਂ ਨੇ ਕਿਹਾ ਛੋੜ ਰਾਮ ਕੀ ਨਾ ਭਜੇ ਖੁਦਾਏ, ਰਾਮ ਛੱਡ ਦੇ, ਜੀਵਨ ਬਚਾਉਣ ਵਾਸਤੇ ਖੁਦਾ ਖੁਦਾ ਕਹਿਣ ਲੱਗ ਜਾ। ਉਹ ਕਹਿੰਦਾ ਧੱਕੇ ਨਾਲ ਨੀ, ਮੈਂ ਕਹਿੰਦਾ ਭਵਾਂ ਰਾਮ ਤੇ ਖੁਦਾ ਇੱਕੋ ਹੀ ਨੇ, ਪਰ ਮੈਂ ਧੱਕੇ ਨਾਲ ਜ਼ਬਰ ਦੇ ਨਾਲ ਇਹਨਾਂ ਦਾ ਜ਼ਬਰ, ਮੈਂ ਆ ਬਾਗੀ ਆਕੀ ਕ੍ਰਾਂਤੀਕਾਰੀ ਖਾੜਕੂ, ਤੇ ਭਵਾਂ ਤੁਸੀਂ ਅੱਤਵਾਦੀ ਕਹਿ ਦਿਓ, ਪਰ ਮੈਂ ਧੱਕੇ ਨਾਲ ਨੀ ਇਹਨਾਂ ਦੇ ਇਸ ਇਲਮ ਨੂੰ ਮੰਨਦਾ। ਇਸ ਕਰਕੇ ਨਾ ਹੋ ਤੇਰਾ ਪੂੰਗਰਾ, ਨਾ ਤੂੰ ਮੇਰੀ ਮਾਏ, ਨਾ ਤੂੰ ਮੇਰੀ ਮਾਂ ਹੈ ਤੇ ਨਾ ਮੇਰਾ ਪੁੱਤ ਹੈ। ਉਸ ਵੇਲੇ ਕਹਿੰਦੇ ਬੰਦੇ ਬਹਾਦਰ ਨਾਲ 700 ਜਿਹੜੇ ਸਵਾਰ ਕੈਦ ਕੀਤੇ ਹੋਏ ਸਨ, ਉਹਨਾਂ 'ਚ ਇੱਕ ਛੋਟੀ ਜਿਹੀ ਉਮਰ ਦਾ 12 ਸਾਲ ਦਾ ਬਾਲਕ ਵੀ ਸੀ, ਉਹਨੂੰ ਲੈ ਗਏ ਜਾ ਕਰਕੇ ਕਤਲ ਕਰਨ ਲੱਗੇ। ਮਾਂ ਪਹੁੰਚ ਗਈ, ਕਹਿੰਦੀ ਮੈਂ ਤਾਂ ਜੀ ਲਓ ਸੁਪਰੀਮ ਕੋਰਟ ਤੋਂ ਆਰਡਰ ਲੈ ਆਈ ਹਾਂ, ਜਿਵੇਂ ਅੱਜ ਕੋਈ ਜਾ ਕੇ ਕਹੇ ਸੁਪਰੀਮ ਕੋਰਟ 'ਚ ਰੋਇਆ ਉਹਨੇ ਮਾਫ਼ ਕਰ ਦਿੱਤਾ, ਪਰ ਮਾਫ਼ ਸਿੱਖਾਂ ਨੂੰ ਨਹੀਂ ਨਾ ਕਰਦੇ, ਆ ਬਲਾਤਕਾਰੀਆਂ ਨੂੰ ਤਾਂ ਕਰ ਦਿੰਦੇ ਆ। ਰਾਮ ਰਹੀਮ ਵਰਗੇ ਬਲਾਤਕਾਰੀਆਂ ਨੂੰ ਤਾਂ ਮਾਫ਼ ਕਰਕੇ ਪਰੋਲ ਦੇਤੀ, ਆ ਦੂਜੇ ਇਹਨਾਂ ਨੂੰ ਡਰ ਆਉਂਦਾ ਦੂਜਿਆਂ ਤੋਂ, ਕਹਿੰਦੇ ਸਾਡੇ ਦੰਦੀ ਵੱਢਣਗੇ ਜੇ ਪਰੋਲ ਦੇਤੀ, ਫੇਰ ਬੰਬ ਚਲਾਉਣਗੇ, ਫੇਰ ਸਾਨੂੰ ਮਾਰਨਗੇ। ਮਾਰਨਾ ਹੀ ਤਾਂ ਹੈ, ਤੁਹਾਨੂੰ ਛੱਡਣ ਵਾਲੇ ਹੈ ਕਿੱਥੇ? ਤੁਸੀਂ ਸਾਰੇ ਚੱਕ ਦੇਣੇ ਆ, ਜਦੋਂ ਸਿੱਖਾਂ ਦਾ ਸਮਾਂ ਆਇਆ ਨਾ, ਸਾਰੇ ਚੱਕ ਦੇਣੇ ਆ, ਬਿਨਾਂ ਬੰਬ ਤੋਂ ਹੀ ਚੱਕ ਦੇਣੇ ਆ। ਉਹਨਾਂ ਨੂੰ ਪਰੋਲ ਨਹੀਂ ਦਿੱਤੀ, ਉਹਨਾਂ ਨੂੰ ਜਿਹੜੀ ਆ ਕਿਸੇ ਪ੍ਰਕਾਰ ਉਹਨਾਂ ਨੇ ਜਿਹੜੀ ਜ਼ਮਾਨਤ ਨਹੀਂ ਦਿੱਤੀ, ਤਾਂ ਸਾਧ ਸੰਗਤ ਜੀ ਕੋਈ ਜ਼ਮਾਨਤ ਨਾ ਦਿੱਤੀ। ਮਾਂ ਪਹੁੰਚ ਗਈ ਜਾ ਕੇ ਟਿਕਾਣੇ ਤੇ, ਕਹਿੰਦੀ ਇਹ ਤਾਂ ਉਦਾਂ ਹੀ ਜੀ ਸਿੱਖ ਹੋਇਆ, ਇਹ ਤਾਂ ਵਰਗ ਲਾ ਕੇ ਕਰ ਲਿਆ। ਪਰ ਉਸ ਪੁੱਤਰ ਨੇ ਆਖਣਾ ਕੀਤਾ ਕਿ ਮੈਂ ਤਾਂ ਦਿਲੋਂ ਜਾਨੋਂ ਸਿੱਖ ਹਾਂ, ਮੈਂ ਤਾਂ ਗੁਰੂ ਨਾਨਕ ਦਾ ਸਿੱਖ ਹਾਂ, ਮੈਨੂੰ ਮੇਰੇ ਭਾਈਆਂ ਦੇ ਅੱਗੇ ਤੋਰਿਆ ਜਾਵੇ। ਕਹਿੰਦੇ ਇਸੇ ਪ੍ਰਕਾਰ ਉਹਦਾ ਵੀ ਸਿਰ ਵੱਢ ਦਿੱਤਾ ਗਿਆ ਬੰਦੇ ਬਹਾਦਰ ਦੇ ਨਾਲ। ਕਹਿੰਦੇ 3 ਮਹੀਨੇ ਤੱਕ ਇਹ ਕਤਲੇਆਮ ਸੀ ਜਿਹੜਾ ਦਿੱਲੀ ਦੇ ਵਿੱਚ ਹੁੰਦਾ ਰਿਹਾ। ਸਾਧ ਸੰਗਤ ਜੀ 5 ਮਾਰਚ ਤੋਂ ਜਨਵਰੀ, ਫਰਵਰੀ, ਮਾਰਚ, ਅਪ੍ਰੈਲ, ਮਈ, ਜੂਨ, ਤੇ ਫਿਰ ਮਾਰਚ ਤੋਂ ਕਤਲੇਆਮ ਹੋਣ ਲੱਗਾ ਦਿੱਲੀ ਦੇ ਵਿੱਚ 1711 ਦੇ ਵਿੱਚ, ਤੇ ਕਹਿਣ ਲੱਗੇ ਭਾਈ ਜੂਨ ਦਾ ਮੌਕਾ ਆ ਗਿਆ। 3 ਮਹੀਨੇ ਬਤੀਤ ਹੋ ਗਏ ਜੂਨ ਦੇ ਵਿੱਚ, ਉਸ ਵੇਲੇ ਤੇ 9 ਜੂਨ ਉਹਨਾਂ ਨੇ ਕਥਨ ਕੀਤੀ ਆ, 9 ਜੂਨ। ਅੱਜ ਸਾਧ ਸੰਗਤ ਜੀ ਸ਼ਾਇਦ 25 ਜੂਨ ਹੈ, ਆ ਦਿਨ ਵੱਧਦੇ ਘਟਦੇ ਰਹਿੰਦੇ, ਅੱਗੇ ਪਿੱਛੇ ਆਉਂਦੀਆਂ ਰਹਿੰਦੀਆਂ ਤਰੀਕਾਂ। 9 ਜੂਨ ਉਹਨਾਂ ਨੇ ਬੰਦਾ ਸਿੰਘ ਬਹਾਦਰ ਦੇ ਕਤਲ ਕਰਨ ਦੀ ਜਿਹੜੀ ਮੁਕਰਰ ਕਰਨਾ ਕੀਤੀ ਹੈ, ਤਾਂ ਉਸ ਵੇਲੇ ਬੰਦੇ ਬਹਾਦਰ ਦੇ ਨਾਲ ਜਿਹੜੇ ਸਵਾਲ ਜਵਾਬ ਹੋਏ ਆ, ਬੰਦੇ ਬਹਾਦਰ ਨੇ ਅਨੇਕ ਪ੍ਰਕਾਰ ਦੇ ਵਚਨ ਆਖਣਾ ਕੀਤੇ। ਆਓ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਵਿੱਤਰ ਪਾਵਨ ਇਤਿਹਾਸ ਪ੍ਰੇਮ ਸਹਿਤ ਉਚਾਰਨ ਕਰੀਏ। ਸਤਨਾਮ ਦੋਹਰਾ, ਸਿੱਖ ਜੋ ਸਿਦਕੀ ਥੇ ਰਹੇ, ਤਿੰਨ ਚਿੱਤ ਜਿਉਂ ਲਈ ਧਾਰ। ਪ੍ਰੇਮ ਸਹਿਤ ਉਚਾਰਨ ਕਰੋ ਸ੍ਰੀ ਵਾਹਿਗੁਰੂ ਜੀ। ਹੁਣ ਜ਼ਿਆਦਾ ਤਾਂ ਮੈਂ ਵਿਸਥਾਰ ਨਾ ਕਰਾਂ, ਪਿੱਛੇ ਤਾਂ ਬਹੁਤ ਸੀਗਾ, ਹੋਰ ਵੀ ਦੱਸਣਾ ਸੀਗਾ, ਪਰ ਨਹੀਂ, ਵਕਤ ਨੇੜੇ ਹੋ ਚੁੱਕਿਆ, ਮਿੰਟ ਤਾਂ 10 ਬਚੇ ਆ। ਇਸ ਕਰਕੇ ਆਪਾਂ ਜ਼ਿਆਦਾ ਵਿਸਥਾਰ, ਕਿਉਂਕਿ ਉਹਦੇ ਜਦੋਂ ਸਮੇਂ ਅਨੁਸਾਰ ਸਾਰਾ ਜੀਵਨ ਆਊਗਾ ਨਾ,
ਆਪਾਂ ਫੇਰ ਸਾਰਾ ਜੀਵਨ ਸਰਵਣ ਕਰਦੇ ਰਹਾਂਗੇ ਬੰਦਾ ਸਿੰਘ ਬਹਾਦਰ ਦਾ। ਹੋਰ ਵੀ ਉੱਠ ਸੀ ਮਰਦ ਕਾ ਚੇਲਾ, ਮਰਦ ਦਾ ਚੇਲਾ ਜਿਹੜਾ ਬੰਦਾ ਸਿੰਘ ਬਹਾਦਰ ਜੀ ਹੋਣਾ ਕੀਤਾ। ਕਹਿੰਦੇ ਇਸ ਪ੍ਰਕਾਰ ਨਾਲ ਬੰਦੇ ਬਹਾਦਰ ਦੇ ਕੋਲ ਜਿਹੜੇ ਸਿਦਕੀ ਸਿੱਖ ਰਹਿ ਗਏ, ਘਿਰ ਗਏ ਘੇਰੇ ਦੇ ਵਿੱਚ, ਕਹਿੰਦੇ ਅਨੇਕ ਪ੍ਰਕਾਰ ਤੇ ਕਿੱਥੇ ਜਾ ਕਰਕੇ, ਆਸਮਾਣਾ, ਸੰਢੌਰਾ, ਅੰਬਾਲਾ, ਦਿੱਲੀ, ਆ ਬੰਗਲੌਰ, ਆ ਮੁਸਤਫਾਬਾਦ, ਆ ਅਲਾਹਾਬਾਦ, ਰਿਸ਼ੀਕੇਸ਼, ਹਰਿਦੁਆਰ, ਮੇਰਠ, ਜਗਾਦਰੀ, ਬੂੜੀਆ, ਇਹ ਸਾਰੇ ਤਾਂ ਉਹਨੇ ਕਾਬੂ ਦੇ ਵਿੱਚ ਕਰ ਲਏ ਸੀ। ਇਹਨਾਂ ਸਾਰਿਆਂ ਤੇ ਜਿਹੜਾ ਆਪਦਾ ਸ਼ਾਸਨ ਪ੍ਰਬੰਧ ਸੀ ਉਹ ਬੰਦਾ ਸਿੰਘ ਬਹਾਦਰ ਨੇ ਲਾਗੂ ਕਰ ਦਿੱਤਾ ਸੀਗਾ। ਆਪਦੀ ਮੋਹਰ ਚਲਾ ਦਿੱਤੀ ਸੀ, ਆਪਦਾ ਸਿੱਕਾ ਚਲਾ ਦਿੱਤਾ ਸੀਗਾ। 3 ਸਾਲ ਤੱਕ ਇਹਨਾਂ ਦੇ ਉੱਪਰ ਇਸੇ ਪ੍ਰਕਾਰ ਜਿਹੜੀ ਬੰਦਾ ਸਿੰਘ ਬਹਾਦਰ ਦੀ ਥਾਪੀ ਹੋਈ ਕਰੰਸੀ ਚੱਲਦੀ ਰਹੀ। ਕਦੋਂ ਤੋਂ? 1710 ਤੋਂ ਲੈ ਕੇ 1714 ਤੱਕ। ਉਹ ਮੋਹਰਾਂ ਅਜੇ ਵੀ ਮਿਲ ਜਾਂਦੀਆਂ। ਕਦੇ ਜਾ ਕੇ ਆਪਾਂ ਦੇਖੀਏ ਮਿਊਜ਼ੀਅਮਾਂ ਦੇ ਵਿੱਚ ਤਾਂ ਉਹ ਮੋਹਰਾਂ ਕਰੰਸੀ ਹੈ ਜਿਹੜੀ ਉਹ ਅੱਜ ਵੀ ਉਪਲਬਧ ਹੈ, ਅੱਜ ਵੀ ਮਿਲ ਜਾਂਦੀ ਹੈ ਵੀ ਕਦੋਂ ਕਰੰਸੀ ਚਲਾਈ ਸੀ। ਆ ਜਿਹੜੇ ਕਹਿੰਦੇ ਰਾਜ ਨਹੀਂ ਹੋਇਆ, ਕਰੰਸੀ ਨਹੀਂ ਚਲਾਈ, ਆ ਤੁਹਾਡਾ ਨਹੀਂ ਹੋਇਆ ਹੋਣਾ, ਤੁਸੀਂ ਨਹੀਂ ਚਲਾਈ ਹੋਣੀ। ਪਰ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦੀ ਕਰੰਸੀ ਚੱਲੀ। ਕਹਿੰਦੇ ਇਸ ਪ੍ਰਕਾਰ ਨਾਲ ਜਿਹੜੇ ਨਾਲ ਸਨ ਅਨੇਕਾਂ ਹੀ ਗ੍ਰਿਫਤਾਰ ਹੋ ਗਏ ਹਨ। ਔਰ ਬਾਤ ਅਬ ਨੈ ਭਲੀ ਭਲੀ ਮੌਤ ਇਸ ਨਾਰ। ਹੁਣ ਕਹਿੰਦੇ ਹੋਰ ਕੋਈ ਗੱਲ ਚੰਗੀ ਨਹੀਂ, ਇਹ ਭੁੱਖ ਦੇ ਦੁੱਖ ਨਾਲੋਂ ਤਾਂ ਮੌਤ ਚੰਗੀ ਹੈ। ਜੇ ਬੰਦਾ ਮਰਦਾ ਤਾਂ ਅਸੀਂ ਵੀ ਨਾਲ ਮਰਦੇ ਹਾਂ। ਕਹਿੰਦੇ ਬੰਦਾ ਸਿੰਘ ਬਹਾਦਰ ਜਿਹੜਾ ਹੈ ਨਾ ਗੁਰੂ ਗੋਬਿੰਦ ਸਿੰਘ ਜੀ ਦਾ ਚੇਲਾ ਹੈ, ਤੇ ਕਹਿੰਦੇ ਚੇਲੇ ਦੇ ਨਾਲ ਅਸੀਂ ਵੀ ਕੁਰਬਾਨ ਹੋ ਜਾਵਾਂਗੇ, ਅਸੀਂ ਇਹਦੇ ਚੇਲੇ ਹਾਂ। ਭੁੱਖਣ ਕੋ ਤਨ ਸੁੱਕ ਗਏ, ਰਹਿਸ ਸਤਕਤ ਪ੍ਰਾਣ। ਭਾਈ ਰਤਨ ਸਿੰਘ ਜੀ ਭੰਗੂ ਪੰਥ ਪ੍ਰਕਾਸ਼ ਦੇ ਵਿੱਚ ਕਹਿੰਦੇ ਹਨ ਕਿ ਭੁੱਖ ਦੇ ਦੁੱਖ ਕਰਕੇ ਉਹਨਾਂ ਦੇ ਪ੍ਰਾਣ ਤਾਂ ਰਹਿ ਗਏ ਪਰ ਸਰੀਰ ਜਿਹੜੇ ਸਨ ਉਹ ਸਾਰੇ ਹੀ ਸੁੱਕ ਗਏ ਸਨ। ਲਕੀ ਨਾ ਹਿੰਮਤ ਸਿੱਖਣ ਮੇ ਤੁਰਕ ਟੁਕੇ ਟਿਗ ਆਨ। ਕਹਿੰਦੇ ਜਦੋਂ ਤੁਰਕਾਂ ਨੇ ਵੇਖਿਆ ਕਿ ਸਿੱਖਾਂ ਦੇ ਵਿੱਚ ਕੋਈ ਹਿੰਮਤ ਨਹੀਂ ਹੈ, ਕਹਿੰਦੇ ਅੱਗੇ ਆ ਕਰਕੇ ਉਹਨਾਂ ਨੇ ਘੇਰਾ ਪਾ ਕੇ ਫੜਨਾ ਕੀਤੇ ਹੈ। ਚੌਪਈ ਤੋ ਟਿਕ ਟੁਕ ਉਨ ਪਾਇਓ ਘੇਰੋ, ਨੇੜੇ ਹੋ ਕਰਕੇ ਘੇਰਾ ਪਾ ਕਰਕੇ ਦੇਖਿਆ, ਨੀਹਲ ਕੰਧ ਟੁਕ ਬਹੇ ਚੁਫੇਰੋ। ਕਹਿੰਦੇ ਜਿੱਥੇ ਨਾ ਗੁਰਦਾਸ ਨੰਗਲ ਦੀ ਗੜੀ ਸੀ, ਕਹਿੰਦੇ ਉਹ ਰਾਵੀ ਨੇੜੇ ਆਉਂਦੀ ਸੀ। ਬੰਦਾ ਸਿੰਘ ਬਹਾਦਰ ਨੇ ਕਿਹਾ ਵੀ ਅੰਦਰ ਵੜ ਕੇ ਜਿਹੜਾ ਆਲੇ ਦੁਆਲੇ ਨਾ ਨਹਿਰ ਪਟਾ ਦਿਓ। ਨਹਿਰ ਪਟਾ ਦਿੱਤੀ, ਪਾਣੀ ਛੱਡ ਦਿੱਤਾ, ਉਹਦੇ ਵਿੱਚ ਜਿਹੜਾ ਸੀ ਆਰਜ਼ੀ ਤੌਰ 'ਤੇ ਚਿੱਕੜ ਪੈਦਾ ਕਰ ਦਿੱਤਾ ਬਈ ਆਪਾਂ ਜਿਹੜਾ ਅੰਦਰ ਬਚ ਕਰਕੇ ਬੈਠਣਾ ਅਤੇ ਆਪਾਂ ਸਾਲ ਵੀ ਘੇਰਾ ਪੈ ਸਕਦਾ, 2 ਸਾਲ ਵੀ ਪੈ ਸਕਦਾ, ਕਹਿੰਦੇ ਅੰਦਰ ਰਹਿਣਾ। ਕਹਿੰਦੇ ਮਹਾਰਾਜ ਇਹਨਾਂ ਤਾਂ ਖਾਣਾ ਹੀ ਨਹੀਂ ਹੋਣਾ ਅੰਦਰ 2 ਸਾਲ ਦਾ। ਕਹਿੰਦੇ ਕੋਈ ਗੱਲ ਨਹੀਂ, ਇਹ ਆਪੇ ਹੀ ਹੰਭ ਕੇ ਦਿੱਲੀ ਵਾਲੇ ਜਿਹੜੇ ਹਨ ਘੇਰਾ ਪਾ ਕਰਕੇ ਉੱਠ ਕਰਕੇ ਚਲੇ ਜਾਣਗੇ। ਅਕਾਲ ਤਖ਼ਤ ਸਾਹਿਬ 'ਤੇ ਅਟੈਕ ਹੋਇਆ, ਆ ਕਰਕੇ ਘੇਰਾ ਪਾ ਲਿਆ। ਕਹਿੰਦੇ ਘੇਰਾ ਪਾ ਕੇ ਬੈਠੇ, ਇਹਨਾਂ ਨੂੰ ਘੇਰਾ ਪਾਉਣਾ ਯੋਗ ਸੀਗਾ ਅਕਾਲ ਤਖ਼ਤ ਸਾਹਿਬ 'ਤੇ? ਕਹਿੰਦੇ ਘੇਰਾ ਪਾ ਕਰਕੇ ਹੋਰ ਗੁਰਦੁਆਰਿਆਂ 'ਤੇ ਘੇਰਾ ਪਾ ਕਰਕੇ ਫੌਜਾਂ ਲਾ ਕਰਕੇ ਬੈਠੇ ਗਏ। ਕਹਿੰਦੇ ਆਪੇ ਹੀ ਮਰ ਮੁੱਕ ਜਾਣਗੇ, ਆਪੇ ਹੀ ਸੁੜ ਸੱਕ ਜਾਣਗੇ, ਆਪੇ ਹੀ ਜਿਹੜੇ ਭੁੱਖੇ ਮਰ ਜਾਣਗੇ। ਕਹਿੰਦੇ ਇਸ ਪ੍ਰਕਾਰ ਨਾਲ ਹੀ ਬੰਦੇ ਬਹਾਦਰ ਨੂੰ ਭੁੱਖਾ ਮਾਰਨ ਦੀ ਨੀਅਤ ਦੇ ਨਾਲ ਨੀਹਲ ਕੰਧ ਟੁੱਕ ਬਹੇ ਚੁਫੇਰੇ। ਨੀਹਲ ਨਾਮ ਹੈ ਕੰਧ ਦਾ। ਕਹਿੰਦੇ ਚਾਰੇ ਪਾਸੇ ਕਹਿੰਦੇ ਉਹਨਾਂ ਨੇ ਜਿਹੜੀ ਇਹ ਨਹਿਰ ਬਣਾਈ ਹੋਈ ਸੀ ਰਾਵੀ ਤੋਂ ਪਾਣੀ ਦੀ, ਇਸ ਨੂੰ ਵੀ ਦੂਰ ਕਰ ਦਿੱਤਾ, ਨੇੜੇ ਆ ਗਏ। ਸੋ ਸੁਣਿਓ ਆ ਭੂ ਕਹਾਣੀ ਉਹਨਾਂ ਸਿੱਖਾਂ ਦੀ, ਹੁਣ ਭੁੱਖ ਦੀ ਕਹਾਣੀ ਸੁਣੋ। ਗੁਰਦਾਸਪੁਰ ਹੈ ਮੱਧ ਜਿਵੇਂ ਬਹਾਣੀ। ਕਹਿੰਦੇ ਗੁਰਦਾਸਪੁਰ ਜ਼ਿਲ੍ਹਾ ਹੈ ਉਸ ਦੇ ਵਿੱਚ, ਕਹਿੰਦੇ ਗੁਰਦਾਸਪੁਰ ਜਿਹੜਾ ਗੁਰਦਾਸ ਨੰਗਲ ਦੀ ਗੜੀ ਹੈ, ਦੁਨੀ ਚੰਦ ਦੀ ਹਵੇਲੀ ਹੈ, ਗੁਰੂ ਗੋਬਿੰਦ ਸਿੰਘ ਜੀ ਹਵੇਲੀ ਦੇ ਵਿੱਚ ਲੜੇ ਸਨ ਨਾ ਚਮਕੌਰ ਆ ਕਰਕੇ, ਤੇ ਉਹ ਜਾਂ ਗਾਹਾਂ ਮਹਾਰਾਜ ਜੀ ਸੱਚੇ ਪਾਤਸ਼ਾਹ ਆਏ। ਕਹਿੰਦਾ ਮਹਾਰਾਜ ਤੂੰ ਤਾਂ ਬਾਗੀ ਆ ਸਰਕਾਰ ਦਾ, ਮੈਨੂੰ ਵੀ ਮਰਵਾਏਗਾ ਹੋਰ ਕਿਤੇ ਜਾ ਕੇ। ਮਹਾਰਾਜ ਕਹਿੰਦੇ ਬੰਨੋ ਇਹਨੂੰ, ਇਹਦੇ ਹੱਥ ਪੈਰ ਬੰਨੋ। ਹੱਥ ਪੈਰ ਬੰਨ ਕੇ ਮਹਾਰਾਜ ਇਹਨੇ ਨੂੜ ਕੇ ਸੁੱਟਤਾ। ਕਹਿੰਦੇ ਤੈਨੂੰ ਵੀ ਮਰਵਾਏਗਾ, ਤੈਨੂੰ ਬਾਕੀ ਦੇਸ਼ ਵਾਸੀਆਂ ਹੋਰਾਂ ਹਜ਼ਾਰਾਂ ਦਾ ਪਤਾ ਨਹੀਂ ਹੈ ਕਿਹਨਾਂ ਨਾਲ ਕਿਵੇਂ ਬੀਤਦੀ ਹੈ, ਤੈਨੂੰ ਇਕੱਲੀ ਸਰਕਾਰ ਦੇ ਪੱਖ ਦੇ ਵਿੱਚ ਆਪਦਾ ਰੁਤਬਾ ਤੇ ਸ਼ੋਹਰਤ ਤੈਨੂੰ ਪਤਾ ਹੈ ਵੀ ਸਾਨੂੰ ਵੀ ਮਰਵਾਏਗਾ। ਇਸ ਤਰ੍ਹਾਂ ਹੀ ਬੰਦੇ ਬਹਾਦਰ ਨੇ ਜਿਹੜਾ ਗੁਰਦਾਸਪੁਰ ਦੀ ਨਗਲ ਦੀ ਗਲੀ ਦੇ ਵਿੱਚ ਜਾ ਕਰਕੇ ਜਿਹੜਾ ਆਕੀ ਹੋਣਾ ਕੀਤਾ ਹੈ। ਕਹਿੰਦੇ ਉਹਦੇ ਨਾਲ 8000 ਦੇ ਕਰੀਬ ਸਿੱਖ ਹਨ। ਇੱਕ ਟੁਕੜਾ ਕੋਈ ਬਾਹਰੋਂ ਗੇਰਾ। ਕਹਿੰਦੇ ਭਾਈ ਰਤਨ ਸਿੰਘ ਜੀ, ਭਾਈ ਰਤਨ ਸਿੰਘ ਕੌਣ ਸੀਗਾ? ਭਾਈ ਰਤਨ ਸਿੰਘ ਭੰਗੂ ਜਿਹੜੇ ਸਾਨਣਾ ਸਾਧ ਸੰਗਤ ਜੀ, ਇਹ ਭਾਈ ਮਹਿਤਾਬ ਸਿੰਘ ਮੀਰਾਂ ਕੋਟੀਏ ਦੇ ਜਿਹੜੇ ਸਾਧ ਸੰਗਤ ਜੀ ਪਿਤਾ ਸਨ।
महताब सिंह मीरा कोटिया जिन्होंने मत्से रंगड़ का सिर वढ़ना किया सी उन्होंने यह प्राचीन पंथ प्रकाश साढ़े दो पर पंथ प्रकाश इतिहास ने नवीन पंथ प्रकाश से प्राचीन पंथ प्रकाश जिहड़ा नवीन पंथ प्रकाश है वह अठारहवीं सदी च ज्ञानी ज्ञान सिंह जी ने रचना की जिहड़े निर्मले सन ज्ञानी ज्ञान सिंह जी पर यह शहीदां दी मिसल दे विचों रतन सिंह भंगू जी जिहड़े प्राचीन पंथ प्रकाश की रचना की उहदे विच प्राचीन पंथ प्रकाश दे विच कथन करदे आ भाई रतन सिंह जी भंगू भाई महताब सिंह मीरा कोटिए दे भाई सुखा सिंह महताब सिंह ये पहला बीकानेरिए राजे की जाके नौकरी कर लग गए सन दोवे जो मस्से रंगड़ का गवर्नरी राज होया पंजाब दे विच सिखां नूं पंजाब दे विचों कढ दित्ता हरिमंदर दे विच उहने गुरु ग्रंथ साहिब की थां आपदा पलंगा डहाया उस वेले जिहड़े सुखा सिंह महताब सिंह सन सुखा सिंह जट सी महताब सिंह सुखा सिंह जिहड़ा तरखाण सी मिस्त्री सी सुखा सिंह ते जिहड़ा महताब सिंह सी इह जट सीगा ਭੰਗੂ ਗੋਤ ਦਾ ਜੱਟ ਸੀਗਾ ਇਹ ਦੋਨਾਂ ਦੀ ਮਿੱਤਰਤਾ ਹੀ ਸੀ ਇਹ ਵੀ ਬੀਕਾਨੇਰੀਏ ਰਾਜੇ ਦੇ ਕੋਲ ਨੌਕਰੀ ਕਰਦੇ ਸੀ ਉਸ ਵੇਲੇ ਪੰਜਾਬ ਦੇ ਵਿੱਚੋਂ ਜਿਵੇਂ ਕਹਿ ਦਈਏ ਕੋਈ ਜਲਾਵਤਨ ਕਰ ਦੇਵੇ ਵੀ ਤੜੀ ਪਾਰ ਕੀਤਾ ਇੱਥੇ ਤਾਂ ਮੁਕੱਦਮੇ ਬਹੁਤ ਹੋ ਗਏ ਥਾਣਿਆਂ ਵਾਲੇ ਲੱਭਦੇ ਫਿਰਦੇ ਆ ਦੂਜੀ ਸਟੇਟ ਦੇ ਵਿੱਚ ਜਾ ਕੇ ਸ਼ਰਨ ਲੈ ਲਵੇ ਐਂ ਇਹਨਾਂ ਤੇ ਥਾਣਿਆਂ ਦੇ ਮੁਕੱਦਮੇ ਬਹੁਤ ਸਨ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਵਾਰਦਾਤਾਂ ਬਥੇਰੀਆਂ ਪੰਜਾਬ 'ਚ ਦੁਸ਼ਟਾਂ ਨੂੰ ਸੋਧਣ ਮਾਰਨ ਵਾਸਤੇ ਕੀਤੀਆਂ ਸਨ ਖੜਕੂ ਕਰਦੇ ਨੇ ਕਰਨੀਆਂ ਚਾਹੀਦੀਆਂ ਸਾਡਾ ਧਰਮ ਹੈ ਜਿਹੜਾ ਦੁਸ਼ਟਤਾ ਹੀ ਕਰੂਗਾ ਉਹ ਫਿਰ ਗੋਲੀ ਦੀ ਭੇਟ ਚੜੂਗਾ ਜਿਹੜਾ ਦੁਸ਼ਟਤਾ ਹੀ ਕਰੂਗਾ ਭਾਈ ਉਹ ਗੋਲੀ ਦੀ ਭੇਟ ਚੜੂਗਾ ਇਹ ਗੋਲੀ ਦੀ ਭੇਟ ਚੜਾਉਂਦੇ ਸਨ ਸੁੱਖਾ ਸਿੰਘ ਮਹਿਤਾਬ ਸਿੰਘ ਪਰ ਜਦੋਂ ਥਾਣਿਆਂ ਦੇ ਵਿੱਚ ਬਹੁਤੇ ਮੁਕੱਦਮੇ ਇਹਨਾਂ ਦੇ ਪੰਜਾਬ ਦੇ ਵਿੱਚ ਹੋ ਗਏ ਰਹਿਣਾ ਟਿਕਣਾ ਰਾਤ ਕੱਟਣੀ ਔਖੀ ਹੋ ਗਈ ਇਹਨਾਂ ਵਾਸਤੇ ਥਾਂ ਥਾਂ ਪੁਲਿਸ ਲੱਭਦੀ ਸੀ ਥਾਂ ਥਾਂ ਫੌਜ ਫਿਰਦੀ ਸੀ ਥਾਂ ਥਾਂ ਮੁਖਬਰ ਜਿਹੜੇ ਸਿੱਖੀ ਭੇਸ ਦੇ ਵਿੱਚ ਸਿੱਖ ਵੀ ਸਨ ਉਹ ਵੀ ਇਹਨਾਂ ਦੀ ਮੁਖਬਰੀ ਕਰਦੇ ਸਨ ਤਾਂ ਉਸ ਵੇਲੇ ਬੀਕਾਨੇਰ ਦੇ ਰਾਜੇ ਕੋਲ ਆ ਮੈਂ ਨਹੀਂ ਕਹਿੰਦਾ ਮਤਾ ਕੋਈ ਔਖਾ ਹੋਵੇ ਵੀ ਉਹੀ ਬੋਲੀ ਜਾਂਦਾ ਇਹ ਤਾਂ ਅੱਤਵਾਦੀ ਹੈ ਮੈਂ ਅੱਤਵਾਦੀ ਨਹੀਂ ਗੁਰੂ ਗੋਬਿੰਦ ਸਿੰਘ ਸਭ ਤੋਂ ਵੱਡਾ ਅੱਤਵਾਦੀ ਹੈ ਪਹਿਲਾਂ ਉਹਦਾ ਇਤਿਹਾਸ ਵਾਚ ਕੇ ਦੇਖ ਲਓ ਤਾਂ ਉਸ ਵੇਲੇ ਉਹਨਾਂ ਨੇ ਜਾ ਕੇ ਬੀਕਾਨੇਰ ਦੇ ਰਾਜੇ ਕੋਲ ਸ਼ਰਨ ਲੈ ਕੇ ਉੱਥੇ ਨੌਕਰੀ ਕਹਿੰਦੇ ਅਸੀਂ ਤਾਂ ਖੱਤਰੀ ਹਾਂ ਕਛੱਤਰੀ ਸ਼ਸਤਰਧਾਰੀ ਡਿਊਟੀ ਕਰ ਸਕਦੇ ਹਾਂ ਉਹ ਕਹਿੰਦਾ ਠੀਕ ਹੈ ਤਾਂ ਉਸ ਵੇਲੇ ਜਿਹੜੇ ਉਹ ਤੋਂ ਆਕੀ ਇਲਾਕੇ ਸਨ ਉਹਨਾਂ ਦੀ ਜਿੱਤ ਵਾਸਤੇ ਉਹਨਾਂ ਨੇ ਸਿੱਖ ਸਰਦਾਰਾਂ ਨੂੰ ਬੀਕਾਨੇਰ ਦੇ ਰਾਜੇ ਨੇ 1732 ਦੇ ਵਿੱਚ 1730 ਦੇ ਵਿੱਚ ਇਹ ਸੁੱਖਾ ਸਿੰਘ ਮਹਿਤਾਬ ਸਿੰਘ ਵਰਗਿਆਂ ਨੂੰ ਵਰਤਣਾ ਕੀਤਾ ਜਿਹੜੇ ਉਹ ਤੋਂ ਆਕੀ ਸਨ ਨਾ ਲੋਕ ਉਹ ਬੀਕਾਨੇਰੀਏ ਰਾਜੇ ਨੇ 1730-32 ਦੇ ਵਿੱਚ ਸਨ 1730-32 ਦੇ ਵਿੱਚ ਇਤਿਹਾਸ ਲਿਖਦਾ ਕਿ ਇਹਨਾਂ ਦੁਆਰਾ ਜਿੱਤਣਾ ਕੀਤੇ ਜਦੋਂ ਇਹਨਾਂ ਦੁਆਰਾ ਉਹਨੇ ਜਿੱਤ ਲਏ ਜਿਹੜੇ ਉਹ ਤੋਂ ਆਕੀ ਸਨ ਤੇ ਇਹਨਾਂ ਨੂੰ ਵੱਡਿਆਂ ਰੁਤਬਿਆਂ ਤੇ ਰੱਖ ਲਿਆ ਜਦੋਂ ਫਿਰ ਇਹਨਾਂ ਨੂੰ ਪਤਾ ਲੱਗਾ ਵੀ ਹਰਿਮੰਦਰ ਸਾਹਿਬ ਦੀ ਬੇਅਦਬੀ ਬਹੁਤ ਜ਼ਿਆਦਾ ਕਰ ਰਿਹਾ ਮੱਸਾ ਰੰਗੜ ਤਾਂ ਉਸ ਵੇਲੇ ਇਹਨਾਂ ਨੇ ਬੀਕਾਨੇਰੀਏ ਰਾਜੇ ਤੋਂ ਜਿਹੜੀ ਮਦਦ ਮੰਗੀ ਵੀ ਮਹਾਰਾਜ ਸਾਨੂੰ ਕੋਈ ਮਦਦ ਦਿਓ ਅਸੀਂ ਐਂ ਨਹੀਂ ਰਹਿ ਸਕਦੇ ਤੇਰੀ ਨੌਕਰੀ ਤਾਂ ਕਰੀ ਜਾਂਦੀ ਉੱਥੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਕੀ ਹੋ ਰਿਹਾ ਸਿੱਖਾਂ ਦੀ ਪੱਤ ਲਾ ਰਹੇ ਆ ਹਰਿਮੰਦਰ ਸਾਹਿਬ ਦੇ ਵਿੱਚ ਮੱਸਾ ਰੰਗੜ ਬੈਠਾ ਦਾਰੂਆਂ ਪੀ ਰਿਹਾ ਕੰਜਰੀ ਨਚਾ ਰਿਹਾ ਤਾਂ ਉਸ ਵੇਲੇ ਇਹ ਚੱਲ ਕਰਕੇ ਫਿਰ ਉਹਦੀ ਮਦਦ ਦੇ ਨਾਲ ਭੇਸ ਵਟਾ ਕਰਕੇ ਬੀਕਾਨੇਰੀਏ ਰਾਜੇ ਦੀ ਮਦਦ ਦੇ ਨਾਲ ਭੇਸ ਵਟਾ ਕਰਕੇ ਪੰਜਾਬ ਦੇ ਵਿੱਚ ਆਏ ਤਾਂ ਉਸ ਵੇਲੇ ਇਹਨਾਂ ਨੇ ਆ ਕਰਕੇ ਬਦਲਾ ਲੈਣਾ ਕੀਤਾ ਸੀ ਮੱਸੇ ਰੰਗੜ ਨੂੰ ਜਿਹੜਾ ਮਾਰਨਾ ਕੀਤਾ ਸੀ ਪੱਟੀ ਦੇ ਜਿਹੜੇ ਚੌਧਰੀ ਬਣ ਕਰਕੇ ਆ ਕਰਕੇ ਉਸੇ ਵੇਲੇ ਦੀ ਇਹ ਵਾਰਤਾ ਹੈ ਸਾਧ ਸੰਗਤ ਜੀ ਜਦੋਂ ਬੰਦੇ ਬਹਾਦਰ ਦੀ ਵਾਰਤਾ ਹੈ ਉਸ ਤੋਂ ਥੋੜ੍ਹੀ ਜਿਹੀ ਪਹਿਲਾਂ ਦੀ ਵਾਰਤਾ ਹੈ ਤਾਂ ਕਹਿੰਦੇ ਇਸ ਤਰ੍ਹਾਂ ਨਾਲ ਜਿਹੜੇ ਕਈ ਲੋਕ ਸਰਕਾਰ ਪੱਖੀ ਹੋ ਗਏ ਸਨ ਬੰਦੇ ਬਹਾਦਰ ਦੇ ਵਿਰੋਧੀ ਹੋ ਗਏ ਸਨ ਅਤੇ ਕਈ ਲੋਕ ਜਿਹੜੇ ਬੰਦੇ ਬਹਾਦਰ ਦੇ ਨਾਲ ਰਲ ਗਏ ਸਨ ਜਿਨ੍ਹਾਂ ਨੂੰ ਸਰਕਾਰ ਨੇ ਸਤਾਇਆ ਸੀ ਸਰਕਾਰ ਨੇ ਜ਼ੁਲਮ ਕੀਤੇ ਸੀ ਜਿਨ੍ਹਾਂ 'ਤੇ ਅਤੇ ਉਹ ਜਿਹੜੇ ਬੰਦੇ ਬਹਾਦਰ ਦੇ ਪੱਖੀ ਹੋ ਗਏ ਸਨ ਪਰ ਬੰਦੇ ਬਹਾਦਰ ਦੇ ਲਸ਼ਕਰ ਦੇ ਵਿੱਚ ਚੋਰ ਡਾਕੂ ਵੀ ਅਨੇਕਾਂ ਰਲ ਗਏ ਸਨ ਜਿਹੜੇ ਕਹਿੰਦੇ ਕੋਈ ਨਾ ਸਿੱਖ ਮਾਰਨਗੇ ਲੁੱਟਣਗੇ ਜਦੋਂ ਅੱਗਾਂ ਲਾਉਣਗੇ ਆਪਾਂ ਤਾਂ ਸੋਨਾ ਚੱਕ ਕੇ ਹੀ ਮੁੜ ਆਉਣਾ ਆਪਾਂ ਤਾਂ ਪੈਸੇ ਚੱਕ ਕੇ ਆਪਣਾ ਕੋਈ ਮਤਲਬ ਨਹੀਂ ਕਿਸੇ ਨਾਲ ਆਪਾਂ ਕਿਸੇ ਨੂੰ ਬਦਲਾ ਨਹੀਂ ਲੈਣਾ ਕਿਸੇ ਨੂੰ ਮਾਰਨਾ ਨਹੀਂ ਕੋਈ ਲੈਣ ਨਹੀਂ ਕੋਈ ਆਪਾਂ ਤਾਂ ਜਦੋਂ ਸਿੱਖ ਲਾਉਣਗੇ ਅੱਗਾਂ ਜਾ ਕੇ ਮਾਰਨਗੇ ਉਦੋਂ ਜਾ ਕੇ ਆਪਾਂ ਤਾਂ ਖਜ਼ਾਨਾ ਚੱਕਣਾ ਬਸ ਜਿਹੜੀ ਕੋਈ ਚੀਜ਼ ਕੋਈ ਤੀਵੀਂ ਆ ਗਈ ਕਾਬੂ ਕੋਈ ਹੋਰ ਆ ਗਿਆ ਉਹ ਆਪਾਂ ਤਾਂ ਐਂ ਜਿਹੜੇ ਲੋਕ ਬਥੇਰੇ ਵਿੱਚ ਰਲ ਗਏ ਸਨ ਉਹਨਾਂ ਨੂੰ ਵੀ ਬਾਅਦ ਦੇ ਵਿੱਚ ਬੰਦਾ ਸਿੰਘ ਬਹਾਦਰ ਨੇ ਦੰਡ ਦੇਣਾ ਕੀਤਾ ਉਹਨਾਂ ਦੀ ਪਰਖ ਵੀ ਇਸ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਉਦੋਂ ਹੋ ਗਈ ਜਦੋਂ ਸਰਕਾਰ ਨੇ ਇਹ ਐਲਾਨ ਕਰ ਦਿੱਤਾ
कि जिहड़ा बंदा सिंह बहादुर नूं फड़ाऊगा उहनूं उस वेले दा 10,000 रुपया इनाम दिता जाऊगा। 10,000 उस वेले 1711 दे विच कहिंदे 10,000 उस वेले दा 10,000 अज दा समझ लो 10 करोड़। अज कोई सरकार कह दे कोई जाके अकाल तख्त दे जथेदार नूं फड़ाओ भी 10 करोड़ भिंडरां वाले नूं फड़ा दिओ फलाने नूं 10 करोड़ दवांगे। आ साडे विचों ही पग्गां बन्नियां वाले बथेरे गदार हो के कहणगे मैं फड़ाउणा जी मैं चलदा। आ जिहड़े भुखे मरदे उदां ही खड़े आ जिन्हां नूं 500 रुपया भी 24 घंटिआं च मिलदा नहीं इही कहणगे जाके मैं फड़ाउणा जी मैनूं दिओ तुसीं 10 करोड़ की मैनूं 1 करोड़ ही दे दिओ 5 लाख ही दे दिओ 10 लाख ही दे दिओ मैं फड़ाउणा। ऐं गदारियां करन वाले फिर बथेरे जिहड़े पैदा हो गए सन। उस वेले बंदे बहादुर दे वेले भी ऐसे गदारियां करन वाले अनेकां ही पैदा हो गए सन। गुरदासपुर अहमद जिवें बहानी कहिंदे गुरदास रंगल दी गढ़ी दे विच इस तरह होई है। एक टुकड़ो कोई बाहरों गिर है कहिंदे बाहरों ना जदों अंदर घिर गए सिख गुरदास रंगल दी गढ़ी दे विच कहिंदे खरबूजे खा के मतीरे खा के ते उहनां दे छिल्लड़ ने जिहड़े अंदर सिटदे आ अंदर सिटदे आ गढ़ी दे तिसकौ चिमरै चार चुफेरे कहिंदे चारे पास्यों खाण वास्ते भुखे मरदे होए अंदर लोक जिहड़े सैकड़े हजारां दी गिनती दे विच सन उस टुकड़ नूं चकदे आ खांदे आ। कहिंदे कई गदारी करन ते उतरे आए कहिंदे बस बाबा असीं बच जाईए अस तां भावां सरकार बचा लवे आ जिवें टौड़े बादल वर्गे कहिंदे सरकार हत्थ खड़े करके ही शहीदां दीआं लाशां दे उपर दे निकल के कहिंदे सानूं तां रोटियां चाहीदियां मिनिस्टरी चाहीदी आ सानूं मुख्यमंत्री बना दिओ सानूं MP बना दिओ सानूं MLA बना दिओ सानूं कोई डेरा गुरद्वारा दे दिओ सानूं बस महीने दे 50,000 लख 2 लख आमदन होण लग जावे चिट्टे कपड़े रहिण असीं की लैणा भिंडरां वाले तों असीं की लैणा अकाल तख्त तों ऐं हत्थ खड़े करके। उस वेले भी बथेरे सन हत्थ खड़े करके निकलण वाले कहिंदे बस बाबा सानूं रोटियां चाहीदियां रोटियां बस मिल जाण असीं तां भुखे मरदे हाँ। इस तरह के जिहड़े रले होए सी कहिंदे जदों उहनां ने साह दित्ता राह दित्ता तां कहिंदे भज भज के वक्त हो चुक्किआ साध संगत जी मैं इक ही टूक इस दे प्रथाए कहूंगा बालियां टूकां कहण ते क्योंकि समा ਸਤਿ ਸੰਗਤ ਜੀ ਬੇਅੰਤ ਕਿਉਂਕਿ ਸਾਰੀ ਜੀਵਨੀ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਸਰਵਣ ਕਰਾਂਗੇ। ਤੂੰ ਇਧਰ ਉਧਰ ਕੀ ਬਾਤ ਨਾ ਕਰ ਤੂੰ ਇਧਰ ਉਧਰ ਕੀ ਬਾਤ ਨਾ ਕਰ ਇਹ ਬਤਾ ਕੇ ਕਾਫਲਾ ਕਿਉਂ ਲੁੱਟਾ ਜੇ ਤੇਰੀ ਰਾਹ ਜਨੀ ਕੀ ਬਾਤ ਨਹੀਂ ਤੇਰੀ ਰਹਿਬਰੀ ਕਾ ਸਵਾਲ ਹੈ। ਇੰਨਾ ਕਹਿੰਦਾ ਹੋਇਆ ਦਾਸ ਖੇਮਾ ਦਾ ਜਾ ਚੁੱਕਿਆ ਕਥਾ ਇਤਿਹਾਸ ਤਾਂ ਬੇਅੰਤ ਹੈ ਜੇ ਦਿਨ ਰਾਤ ਲੱਗੇ ਰਹੀਏ ਇਹਦਾ ਅੰਤ ਨਹੀਂ ਆਉਂਦਾ ਕੋਈ। ਆਉਣ ਵਾਲੇ ਸਮੇਂ 'ਚ ਆਪਾਂ ਸਰਵਣ ਕਰਾਂਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਕਿਉਂਕਿ ਟੂਕ ਮਾਤਰ ਮੈਂ ਪਹਿਲਾਂ ਕਹਿ ਚੁੱਕਿਆ ਫਿਰ ਉਹਦੀ ਸੱਜੀ ਅੱਖ ਕੱਢੀ ਫਿਰ ਖੱਬੀ ਅੱਖ ਕੱਢੀ ਫਿਰ ਹੱਥ ਵੱਢ ਦਿੱਤੇ ਫਿਰ ਪੈਰ ਵੱਢ ਦਿੱਤੇ ਫਿਰ ਸਿਰ ਵੱਢ ਦਿੱਤਾ ਫਿਰ ਉਹਦੇ ਬੱਚੇ ਨੂੰ ਗੋਦ 'ਚ ਬਿਠਾ ਕੇ ਆਖਿਆ ਅੱਜ ਦੇ ਦਿਨ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਕਿ ਇਹਨੂੰ ਕਤਲ ਕਰ। ਕਹਿੰਦਾ ਨਹੀਂ ਮੈਂ ਨਹੀਂ ਕਰ ਸਕਦਾ ਬਾਲਕ ਤੇ ਮੈਂ ਜਿਹੜਾ ਸ਼ਸਤਰ ਨਹੀਂ ਚਲਾ ਸਕਦਾ ਭਾਵਾਂ ਮੇਰਾ ਹੈ ਭਾਵਾਂ ਕਿਸੇ ਦਾ। ਤਾਂ ਉਸ ਵੇਲੇ ਕਹਿੰਦੇ ਜਲਾਦ ਨੇ ਬਾਲਕ ਨੂੰ ਟੁਕੜੇ ਟੁਕੜੇ ਕਰਕੇ ਉਹਦਾ ਦਿਲ ਕੱਢ ਕੇ ਅਸੀਂ ਪਵਾ ਲਾਂਗੇ। ਆਪਾਂ ਸਿੱਖ ਬਣੇ ਫਿਰਦੇ ਹਾਂ ਕਦੇ ਜਪਜੀ ਸਾਹਿਬ ਪੜ੍ਹਿਆ ਕਦੇ ਅਨੰਦ ਸਾਹਿਬ ਪੜ੍ਹਿਆ ਕਦੇ ਆ ਕੇ ਨਿਸ਼ਚੈ ਹੀ ਦੱਸ ਦਿਓ ਵੀ ਸਾਡਾ ਨਿਸ਼ਚੈ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ। 100 ਥਾਂ ਕਦੇ ਮੜੀਆਂ 'ਤੇ ਦੀਵੇ ਕਦੇ ਕਬਰਾਂ 'ਤੇ ਦੀਵੇ ਕਦੇ ਮਾਤਾ ਦੇ ਅੱਗੇ ਮੱਥਾ ਕੋਈ ਸਾਡਾ ਦੀਨ ਧਰਮੀ ਨਹੀਂ ਹੈ। ਦਿਲ ਤੜਫਦਾ ਕੱਢ ਕੇ ਬੱਚੇ ਦਾ ਮੂੰਹ 'ਚ ਪਾਇਆ ਤੇ ਫਿਰ ਵੀ ਉਹਨੇ ਕਿਹਾ ਤੇਰਾ ਕੀ ਆ ਮਿੱਠਾ ਲੱਗਾ। ਮੇਰੇ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਮੈਨੂੰ ਹੁਕਮ ਸੀ ਮੈਂ ਉਹਨਾਂ ਦਾ ਚੇਲਾ ਹੋਇਆ ਮੈਂ ਚੇਲਾ ਹੋਣ ਕਰਕੇ ਜੇ ਉਹਨਾਂ ਨੇ ਮੈਨੂੰ ਨਿਵਾਜ ਦਿੱਤਾ ਤਾਂ ਮੈਂ ਉਹਨਾਂ ਤੋਂ ਮਨੁੱਕਰ ਨਹੀਂ ਹੋ ਸਕਦਾ। ਬੰਦੇ ਬਹਾਦਰ ਨੇ ਇਹ ਆਖਿਆ ਮੈਂ ਉਹਨਾਂ ਤੋਂ ਮਨੁੱਕਰ ਨਹੀਂ ਹੋ ਸਕਦਾ ਜੇ ਮੈਂ ਉਹਨਾਂ ਦਾ ਹੋਰ ਵੀ ਉੱਠ ਸੀ ਮਰਦ ਕਾ ਚੇਲਾ। ਕਹਿੰਦੇ ਹੋਰ ਵੀ ਚੇਲੇ ਮਰਦ ਗੁਰੂ ਗੋਬਿੰਦ ਸਿੰਘ ਜੀ ਦੇ ਚੇਲੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਵਰਗੇ ਬੰਦੇ ਬਹਾਦਰ ਨੇ ਕਿਹਾ ਸੀ ਹੋਰ ਵੀ ਉੱਠ ਸੀ ਮਰਦ ਕਾ ਉਹਨੇ ਇਹੀ ਤੁਕ ਦੁਹਰਾਈ। ਕਹਿੰਦਾ ਹੋਰ ਵੀ ਚੇਲੇ ਉੱਠਦੇ ਰਹਿਣਗੇ ਗੁਰੂ ਗੋਬਿੰਦ ਸਿੰਘ ਜੀ ਦਾ ਚੇਲਾ ਮੈਂ ਤੁਸੀਂ ਇੱਕ ਕਹੋ ਚੇਲਾ ਮਾਰ ਕੇ ਮੈਂ ਚੇਲਾ ਸਮਾਪਤ ਕਰਤਾ ਆ ਗੁਰੂ ਗੋਬਿੰਦ ਸਿੰਘ ਜੀ ਦੇ ਚੇਲੇ ਹੋਰ ਵੀ ਉੱਠਦੇ ਰਹਿਣਗੇ ਜਿਹੜੇ ਦਿੱਲੀ ਦੀ ਸੈਂਟਰ ਸਰਕਾਰ ਦੀਆਂ ਤਲੀਆਂ ਥੱਲੇ ਅੱਗ ਬਾਲਦੇ ਰਹਿਣਗੇ। ਇੱਕ ਚੇਲੇ ਦੇ ਨਾਲ ਉਹ ਗੁਰੂ ਗੋਬਿੰਦ ਸਿੰਘ ਦੀ ਸਮਾਪਤੀ ਨਹੀਂ ਤੁਸੀਂ ਕਰ ਸਕਦੇ। ਇਹ ਜਿਹੜਾ ਇਨਸਾਫ ਤੇ ਇਹ ਜਿਹੜਾ ਜ਼ਬਰ ਜ਼ੁਲਮ ਦੇ ਖਿਲਾਫ ਸਦਾ ਹੀ ਲੜਾਈ ਜਾਰੀ ਰੱਖੋਗੇ ਜਾਰੀ ਰਹੂਗੀ। ਇਹੀ ਜਿਹੜਾ ਬੰਦੇ ਬਹਾਦਰ ਦੇ ਜੀਵਨ ਦਾ ਸਾਨੂੰ ਸੰਦੇਸ਼ ਹੈ ਬਈ ਜ਼ੁਲਮ ਦੇ ਖਿਲਾਫ ਜਿਹੜੀ ਲੜਾਈ ਸਾਨੂੰ
जारी रखनी चाहिदी है। जालमा तो डरना नहीं चाहिदा। घर बार बर्बाद हो जाण, जीवन लग जावे, पर असीं सिखी सिदक तों कदे भी हारीए ना। कहिंदे ओह सच्चे पातशाह महाराज जी दा जीवन दान नाम दान याद करिए। एवें तां नहीं पूजदा जग धर्म जिन्हां ने कमाया, धर्म तो जिंदड़ी वारी एवें नहीं संसार पूजदा, उन्हां धर्म तो जिंदड़ी वारी एवें नहीं जहान पूजदा, धर्म तो जिंदड़ी वारी एवें नहीं समाज पूजदा, उन्हां धर्म तो जिंदड़ी वारी एवें नहीं जहान पूजदा। वाहिगुरु जी का खालसा, वाहिगुरु जी की फतेह। हे अचुत, हे पार ब्रह्म, अविनाशी अगनाश, हे पूरन, हे सर्व मह, दुख भंजन गुण तास, हे संगी, हे निरंकार, हे निर्गुण सब टेक, हे गोविंद, हे गुण निदान, जाके सदा विवेक, हे अपरंपर हर हरे, हैपी होवन हार, हे संत है के सदा संग, निधारा आधार, हे ठाकुर हों दासरो, मैं निर्गुण गुण नहीं कोए, नानक दीजै नाम दान, राखां ही है परोए। हाए प्रभु शरणागति, कृपा निध दयाल, एक अखर हर मन बसत, नानक होत निहाल। सतसंग जी, हौली हौली आपां सारा अगे लड़ी बारे इतिहास सुनते जाना, क्योंकि टूक मात्र ते दिन ते आए ते आपां सारा वख्यान नहीं ना कर सकते, फिर भी कथन कोशिश करी दी है भी आपां वध तों वध कह सकीए, पर जिवें जिवें टाइम दे अनुसार अगे आई जाऊगा आपां विस्थार तो सारा सरवण करते जावांगे। इत्थे ही फतेह बुलाईए। वाहिगुरु जी का खालसा, वाहिगुरु जी की फतेह।